असलम व्यवर्स स्टारो जी आज का जो प्रोग्राम है ये हमने बात करनी है पंजाब के फार्मर्स के हवाले से इसलिए पंजाब की जब बात आएगी तो बात होगी पंजाबी में इसलिए हम बात करेंगे पंजाबी वालों के साथ पंजाबी में और पंजाबी के जो इश्यूज हैं उनके ऊपर आज गुफ्तगु करनी लिहाजा सब तो पहले तो मैं जनाब तु दस दें कि मेरे नाल आज कौन कौन है सब तो पहले सा मौजूद है जी डॉक्टर वरिंदर पाल सिंह जी ਐ ਪ੍ਰੋਫੈਸਰ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਔਰ ਪ੍ਰਿੰਸੀਪਲ ਸੋਇਲ ਸਾਇੰਟਿਸਟ ਨੇ ਬੜਾ ਹੀ ਜ਼ਬਰਦਸਤ ਬੈਕਗ੍ਰਾਉਂਡ ਹੈ ਉਹਨਾਂ ਦਾ ਫਾਰਮਰ ਵਿਜ਼ਿਟਿੰਗ ਸਾਇੰਟਿਸਟ ਐਟ ਕੈਂਬ੍ਰਿਜ ਯੂਨੀਵਰਸਿਟੀ ਵੀ ਨੇ ਆਥਰ ਆਫ 24 ਬੁక్స్ ਤੁਸੀਂ ਅੰਦਾਜ਼ਾ ਲਾਓ ਅਸੀਂ ਇੱਕ ਨਹੀਂ ਲਿਖ ਸਕਦੇ ਇੱਕ ਮੈਂ ਤਾਂ ਬੜੀ ਮੁਸ਼ਕਲ ਨਾਲ ਇੱਕ ਲਿਖੀ ਤੇ ਬਤਨ ਨਹੀਂ 24 ਕਿਸ ਤਰ੍ਹਾਂ ਲਿਖ ਲਈਆਂ ਨੇ ਇਹਨਾਂ ਨੇ ਔਰ ਪਿਓਰਲੀ ਜਿਹਨੂੰ ਕਹਿ ਸਕਦੇ ਹੋ ਕਿ ਤੁਸੀਂ ਰਿਸਰਚ ਸਕਾਲਰ ਉਸ ਵਾਲੇ ਨਾਲ ਲੇਕਿਨ ਸਭ ਤੋਂ ਜ਼ਿਆਦਾ ਮੈਨੂੰ ਜਿਹੜੀ ਚੀਜ਼ ਇਹਨਾਂ ਦੀ ਇੱਕ ਬੜੀ ਅੱਛੀ ਲੱਗੀ ਹੈ ਉਹ ਹੈ ਮੋਰ ਇੰਪੋਰਟੈਂਟਲੀ ਐਕਚੁਅਲੀ ਕਿ ਉਹਨਾਂ ਨੇ ਡਿਕਲਾਈਨ ਕੀਤਾ ਹੈ ਰੀਸੈਂਟਲੀ ਇੱਕ ਗੋਲਡਨ ਜੁਬਲੀ ਅਵਾਰਡ ਜਿਹੜਾ ਕਿ ਇਹਨਾਂ ਨੂੰ ਮਿਲ ਰਿਹਾ ਸੀ ਉਹਦੇ ਨਾਲ ਨਾਲ ਇਹਨਾਂ ਨੂੰ 1 ਲੱਖ ਰੁਪਏ ਇਨਾਮ ਵੀ ਮਿਲ ਰਿਹਾ ਸੀ ਔਰ ਉਹ ਸੀ ਐਕਸਲੈਂਸ ਇਨ ਪ੍ਰੋਟੈਸਟ ਟੂ ਦ ਫਾਰਮਰਸ ਇਸ਼ੂਸ ਇਹ ਜਿਹੜਾ ਜਿੰਨਾ ਵੀ ਇਹਨਾਂ ਨੇ ਪ੍ਰੋਟੈਸਟ ਕੀਤੇ ਨੇ ਅੱਜ ਤੱਕ ਫਾਰਮਰਸ ਦੇ ਉਹਦੇ ਉਹਦੇ ਜਿਹੜੇ ਵੀ ਇਸ਼ੂਸ ਚੱਲ ਰਹੇ ਸਨ ਉਹਨਾਂ ਦੇ ਪ੍ਰੋਟੈਸਟ ਦੇ ਵਿੱਚ ਇਹਨਾਂ ਨੇ ਉਹ ਜਿਹੜਾ ਅਵਾਰਡ ਸੀ ਉਹ ਡਿਕਲਾਈਨ ਕਰ ਦਿੱਤਾ ਬੜਾ ਹੀ ਇੰਪੋਰਟੈਂਟ ডিসিশন لے ਇਹਨਾਂ ਨੇ ਕਿਉਂਕਿ ਨਾਰਮਲੀ ਅਸੀਂ ਇਹੋ ਜਿਹਾ ਡਿਸੀਜਨ ਲੈ ਨਹੀਂ ਸਕਦੇ ਕਿਉਂਕਿ ਕਮਜ਼ੋਰੀ ਦਿਖਾ ਦਿੰਨੇ ਆ ਕੋਈ ਨਾ ਕੋਈ ਮਸਲਿਅਤ ਆ ਜਾਂਦੀ ਕੋਈ ਇਹੋ ਜੀ ਚੀਜ਼ ਆ ਜਾਂਦੀ ਲੇਕਿਨ ਹੈਟਸ ਆਫ ਟੂ ਯੂ ਡਾਕਟਰ ਸਾਹਿਬ ਔਰ ਮੇਰਾ ਖਿਆਲ ਹੈ ਕਿ ਪੂਰੀ ਜਿਹੜੀ ਪੰਜਾਬ ਦੀ ਕੌਮ ਹੈ ਉਹ ਤੁਹਾਨੂੰ ਹੈਟਸ ਆਫ ਕਰ ਰਹੀ ਹੈ ਔਰ ਕਮੈਂਡ ਕਰ ਰਹੀ ਹੈ ਜੀ ਇਹਨਾਂ ਦੇ ਨਾਲ ਮੌਜੂਦ ਨੇ ਜੀ ਕਿਰਪਾਲ ਸਿੰਘ ਸਾਹਿਬ ਸਾਡੇ ਪੁਰਾਣੇ ਦੋਸਤ ਨੇ ਔਰ ਸੀਨੀਅਰ ਬੋਰਡ ਮੈਂਬਰ ਨੇ ਐਸੋ ਅਮਰੀਕਨ ਸਿੱਖ ਕੌਂਸਲ ਦੇ ਐਸੋ ਵੈਸਟ ਕੋਸਟ 'ਚ ਮੌਜੂਦ ਨੇ ਅਮਰੀਕਾ ਵਿੱਚ और फॉर्मर प्रेसिडेंट भी ने अमेरिका अमेरिकन सिख काउंसिल उन्होंने नाम मौजूद ने जी कवनीत सिंह साहब चीफ रिसोर्स एंड सी ऑफिसर अमेरिकन सिख काउंसिल सब का जनाब बहुत बहुत शुक्र गुजार हाँ ती तशरीफ लिया और अज अं गल करनी है बेसिकली फार्मर प्रोटेस्ट के हवाले कि क्यों इतों तक अं पहुंचे डॉक्टर साहब थोड़ा तो मैं गल शुरू करा जी पहले तो मैं जरा दसो कि जेनेसिस थोड़ा जा डिकस कर लिए कि फार्मरस प्रोटैसट ज ਨੇ ਪੂਰੀ ਦੁਨੀਆ ਵਿੱਚ ਜਿਹਨੂੰ ਕਹਿੰਦੇ ਨੇ ਨਾ ਕਿ ਟਰੈਮਰਸ ਕ੍ਰੀਏਟ ਕੀਤੇ ਨੇ ਔਰ ਬਹੁਤ ਸਾਰੇ ਲੋਗਾ ਨੇ ਐਸ سپورਟ ਦਾ ਐਲਾਨ ਕੀਤਾ ਹੈ ਲੇਕਿਨ ਅਸੀਂ ਦੇਖ ਰਹੇ ਹਾਂ ਕਿ ਹਕੂਮਤ ਜਿਹੜੀ ਹੈ ਮੋਦੀ ਸਾਹਿਬ ਦੀ ਸਰਕਾਰ ਜਿਹੜੀ ਹੈ ਉਹ ਟਸਟ ਮਸ ਨਹੀਂ ਹੋ ਰਹੀ ਉਹ ਬਿਲਕੁਲ ਸੁਣਨ ਵਾਸਤੇ ਤਿਆਰ ਨਹੀਂ ਹੈ ਕਿ ਫਾਰਮਰਸ ਜਿਹੜੇ ਬੈਠੇ ਹੋਏ ਨੇ ਅੱਜ 88 ਦਿਨ ਹੋ ਚੁਕੇ ਨੇ ਹਾਲੀ ਤੱਕ ਉਹ ਐਸ ਸੁਣਨ ਵਾਸਤੇ ਤਿਆਰ ਨਹੀਂ ਹੈ ਉਹ ਕੀ ਰਿਹਾ ਵੇ ਔਰ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਐਸ ਅ ਐਸ ਅ ਸਾਇੰਟਿਸਟ ਐਸ ਅ ਪੰਜਾਬੀ ਐਂਡ ਐਸ ਅ ਸਿੱਖ ਬ੍ਰਦਰਹੀ ਆਲਸ ਅਹ ਦੇਖੋ ਮੈਂ ਸਮਝਦਾ ਜਿਹੜਾ ਇਸ਼ੂ ਹੈ ਨਾ ਬਹੁਤ ਸੈਂਸਿਟਿਵ ਇਸ਼ੂ ਹੈ ਉਹਦਾ ਕਾਰਨ ਹੈ ਵੀ ਅਹ ਇੰਡੀਆ ਦੇ ਵਿੱਚ ਨਾਟ ਓਨਲੀ ਇਨ ਪੰਜਾਬ ਕਿਹੜਾ ਐਗਰੀਕਲਚਰ ਹੈ ਨਾ ਇਹ ਧੰਦਾ ਨਹੀਂ ਹੈਗਾ ਸਾਡੀ ਵਿਰਾਸਤ ਹੈ ਸਾਡੀ ਸਾਰੀ ਇਕਨੋਮੀ ਖੇਤੀਬਾੜੀ ਦੇ ਉੱਤੇ ਨਿਰਭਰ ਹੈ ਤੇ ਇਹਨੂੰ ਛੇੜਛਾੜ ਕਰਨ ਲੱਗਿਆਂ ਧਿਆਨ ਵਿੱਚ ਰੱਖਣਾ ਬਣਦਾ ਹੈ ਵੀ ਦੇਸ਼ ਦੀ ਵੱਡੀ ਆਬਾਦੀ ਇਹਦੇ ਨਾਲ ਜੁੜੀ ਹੋਈ ਹੈ ਜਿਹੜੀ ਨਹੀਂ ਜੁੜੀ ਹੋਈ ਉਹ ਅਲਾਈਡ ਐਗਰੀਕਲਚਰ ਜਿਹੜੇ ਇੰਟਰਪ੍ਰੈਨਿਓਰਸ ਨੇ ਉਹਦੇ ਨਾਲ ਜੁੜੀ ਹੋਈ ਹੈ on the whole ਸਾਰੀ ਸੋਸਾਇਟੀ ਉਹ ਖੇਤੀਬਾੜੀ ਦੇ ਸਿਰ ਤੇ ਖੜੀ ਹੈ ਤੇ ਉਹਦੇ ਚ ਵੱਡੀਆਂ ਤਬਦੀਲੀਆਂ ਹੋ ਗਈਆਂ ਤੇ ਖੇਤੀ ਵਿਗਿਆਨੀਆਂ ਨੂੰ ਪੁੱਛਿਆ ਤੱਕ ਨਹੀਂ ਗਿਆ ਕਿਉਂਕਿ ਦਿਸ ਇਜ਼ ਵੈਰੀ ਸੀਰੀਅਸ ਇਸ਼ੂ ਕਿ ਪੋਲਿਟੀਕਲ ਬੰਦਿਆਂ ਨੇ ਆਪਣੇ ਲੈਵਲ ਤੇ ਇਹ ਕਰ ਲਿਆ ਵੀ ਜਿਹੜੇ ਬੰਦਿਆਂ ਨੇ ਸਾਰੀ ਉਮਰ ਖੇਤੀਬਾੜੀ ਵਿਗਿਆਨ ਨੂੰ ਪੜ੍ਹਦੇ ਆ ਲਾਈ ਆ ਹੈ ਨਾ ਉਹਨਾਂ ਨੂੰ ਇਹ ਜਾਇਜ਼ ਨਹੀਂ ਸਮਝਿਆ ਗਿਆ ਕਿ ਪੁੱਛ ਲਿਆ ਜਾਵੇ ਵੇ ਸੀ ਇਹ ਕਰਨ ਲੱਗੇ ਆ ਔਰ ਉਦੋਂ ਵੀ ਵੱਡੀ ਜਿਹੜੀ ਕਤਾਹੀ ਹੋਈ ਹੈ ਕਿ ਕਨਸਟੀਟਿਊਸ਼ਨ ਆਫ ਇੰਡੀਆ ਦੇ ਹਿਸਾਬ ਨਾਲ ਜਿਹੜਾ ਐਗਰੀਕਲਚਰ ਹੈ ਇਟ ਇਜ਼ ਅ ਸਟੇਟ ਸਬਜੈਕਟ ਸਟੇਟ ਸਬਜੈਕਟ ਹੈ ਹਾਂ ਰਾਜ ਸਰਕਾਰਾਂ ਕੋਲ ਹੀ ਅਧਿਕਾਰ ਹੈ ਕਿ ਇਹਦੇ ਬਾਰੇ ਉਹ ਗੱਲਬਾਤ ਕਰ ਸਕਣ ਕਾਨੂੰਨ ਬਣਾ ਸਕਣ ਕਿਉਂਕਿ ਇੰਡੀਆ ਦੀ ਜੀਓਗ੍ਰਾਫੀ ਔਰ ਐਗਰੋ ਇਕੋਲੋਜੀਕਲ ਸਿਸਟਮ ਹੈ ਸਾਰਾ ਉਹ ਇਕੋ ਜਿਹਾ ਨਹੀਂ ਹੈਗਾ ਸੋਸ਼ੀਅਲ ਇਕਨੋਮਿਕ ਜਿਹੜੀਆਂ ਉਹਨਾਂ ਦਾ ਸਟੇਟਸ ਹੈ ਜਾਂ ਉਹਨਾਂ ਦੀਆਂ ਪਰੰਪਰਾਵਾਂ ਨੇ ਉਹਨਾਂ ਦੀਆਂ ਕਹਿ ਲੋ ਰਵਾਇਤਾਂ ਨੇ ਉਹ ਵੀ ਅਲੱਗ-ਅਲੱਗ ਨੇ ਖੇਤੀਬਾੜੀ ਕਰਨ ਦੇ ਢੰਗ ਤਰੀਕੇ ਵੀ ਅਲੱਗ-ਅਲੱਗ ਨੇ ਫਸਲਾਂ ਵੀ ਅਲੱਗ-ਅਲੱਗ ਨੇ ਵਾਤਾਵਰਣ ਵੀ ਅਲੱਗ-ਅਲੱਗ ਨੇ ਇਸੇ ਕਰਕੇ ਭਾਰਤ ਦੇ ਸੰਵਿਧਾਨ ਦੇ ਘਾੜਿਆਂ ਨੇ ਕਿਸੇ ਵੜੇ ਬਹੁਤ ਵਧੀਆ ਤੇ ਮਹੱਤਵਪੂਰਨ ਫੈਸਲਾ ਸਾਡੇ ਕਨਸਟੀਟਿਊਸ਼ਨ ਚ ਲਿਖ ਰੱਖਿਆ ਹੋਇਆ ਵੀ ਇਸ ਮੁੱਦੇ ਨੂੰ ਰਾਜ ਸਰਕਾਰਾਂ ਹੀ ਤੈਅ ਕਰਨਗੀਆਂ ਮਤਲਬ ਜਿਹੜਾ ਇੱਕ ਸੈਕਿੰਡ ਇੱਕ ਸੈ ਜਿਹੜਾ ਅਸੈਂਸ਼ੀਅਲ ਕਮੋਡਿਟੀਜ਼ ਐਕਟ ਹੈ ਉਹਦੇ ਵਿੱਚ ਤੇ ਸੈਂਟਰਲ ਗਵਰਨਮੈਂਟ ਜਿਹੜੀ ਉਹ ਚੇਂਜ ਕਰ ਸਕਦੀ ਹੈ ਨਾ ਐਗਜੈਕਟਲੀ ਆਪਾਂ ਉਹਦੀ ਵੀ ਗੱਲ ਕਰਾਂਗੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਦੋ ਲਾ ਜਿਹੜੇ ਨੇ empowerment ਤੇ protection ਦੇ ਫਾਰਮਰਸ ਤੇ ਉਹਨਾਂ ਦੇ ਉੱਤੇ ਕੇਂਦਰ ਸਰਕਾਰ ਨੂੰ ਸਵਿਧਾਨ ਅਧਿਕਾਰ ਨਹੀਂ ਦਿੰਦਾ ਪਰ ਅਸੈਂਸ਼ੀਅਲ ਕਮਿਊਨਿਟੀ ਐਕਟ ਤੇ ਉਹਦਾ ਮੁਕੰਮਲ ਅਧਿਕਾਰ ਆਪਾਂ ਉਹਦੀ ਵੀ ਗੱਲ ਕਰਦੇ ਹਾਂ ਸੋ ਪਹਿਲੀ ਤਾਂ ਸਮੱਸਿਆ ਇੱਥੇ ਆ ਗਈ ਕਿ ਜਿਹੜੇ ਖੇਤੀਬਾੜੀ ਦੇ ਦੋ ਕਾਨੂੰਨ ਨੇ ਉਹਨਾਂ ਨੂੰ ਉਹਨਾਂ ਦਾ ਅਧਿਕਾਰ ਹੀ ਨਹੀਂ ਬਣਦਾ ਤੇ ਜੇ ਕਰਨਾ ਸੀਗਾ ਤਾਂ ਰਾਜ ਸਰਕਾਰਾਂ ਨੂੰ ਕੁਝ ਐਡਵਾਈਸ ਕਰਦੇ ਉਹਨਾਂ ਨੂੰ ਕਹਿੰਦੇ ਆਪਣੇ ਸਾਇੰਟਿਸਟ ਨੂੰ ਨਾਲ ਲਵੋ ਦੇਸ਼ ਨੂੰ ਇਦਾਂ ਦੀਆਂ ਤਬਦੀਲੀਆਂ ਦੀ ਲੋੜ ਹੈ ਤੇ ਉਹਨਾਂ ਨੇ ਕਰ ਲੈਣਾ ਸੀਗਾ ਸਾਰੇ ਸਿਆਣੇ ਬੰਦੇ ਬੈਠਦੇ ਦੇਸ਼ ਦੇ ਲਈ ਸਾਰਿਆਂ ਨੇ ਕਰਨਾ ਸੀਗਾ ਬਟ ਉਹਨੂੰ ਇਗਨੋਰ ਕੀਤਾ ਗਿਆ ਹੁਣ ਸੈਸੈਂਸ਼ੀਅਲ ਕਮਿਊਨਿਟੀ ਦੀ ਗੱਲ ਕੀਤੀ ਹੈ 1955 ਦਾ ਇਹ ਐਕਟ ਹੈ ਇਹਦੇ ਚ ਭਾਰਤ ਸਰਕਾਰ ਪੂਰਾ ਹੱਕ ਰੱਖਦੀ ਹੈ ਇਹ ਤਬਦੀਲੀਆਂ ਕਰਨ ਦਾ ਹੁਣ ਇਹਦੇ ਵਿੱਚ ਤਬਦੀਲੀ ਜਿਹੜੀ ਹੋਈ ਹੈ ਉਹ ਵੀ ਨਾ ਬੜੀ ਉਹਨੂੰ ਮਤਲਬ ਕਿ ਜੇ ਦੇਖੀਏ ਤਾਂ ਆਪਣੇ ਆਪ 'ਚ ਇੱਕ ਅਨਪੜ੍ਹ ਬੰਦਾ ਵੀ ਸਮਝਦਾ ਵੀ ਇਹ ਕੀ ਹੋ ਗਿਆ ਹੁਣ ਤਬਦੀਲੀ ਕੀ ਹੋਈ ਹੈ ਐਸੈਂਸ਼ੀਅਲ ਕਮਿਊਨਿਟੀ ਐਕਟ ਨੂੰ ਪਹਿਲਾਂ ਸੰਖੇਪ ਵਿੱਚ ਥੋੜਾ ਜਿਹਾ ਵੀ ਇਹ ਕਹਿੰਦਾ ਕੀ ਹੈ ਇਹ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਨਿਯਤ ਕਰਦਾ ਹੈ ਕਿ ਜਿਹੜੀਆਂ ਐਸੈਂਸ਼ੀਅਲ ਕਮਿਊਨਿਟੀਆਂ ਨੇ ਭਾਰਤ ਸਰਕਾਰ ਨੇ ਬਰਾਬਰ ਬਰਾਬਰ ਤੇ ਵਾਜਬ ਮੁੱਲ ਤੇ ਸਾਰੇ ਨਾਗਰਿਕਾਂ ਨੂੰ ਮੁਹੱਈਆ ਕਰਵਾਉਣੀਆਂ ਬਸ ਇੰਨੀ ਕੀ ਗੱਲ ਹੈ ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਵੀ ਸਾਰੀਆਂ ਐਸੈਂਸ਼ੀਅਲ ਕਮਿਊਨਿਟੀਆਂ ਉਦੀ ਬਗਰਾ ਕਹਿੰਦਾ ਲਿਸਟ ਬਣੀ ਹੋਈ ਹੈ ਜਿਹੜੀ ਅਮੈਂਡਮੈਂਟ ਹੋਈ ਹੈ ਇਹਨੇ ਕੀ ਕੀਤਾ 6 ਆਈਟਮਾਂ ਅਸੈਂਸ਼ੀਅਲ ਕਮਿਊਨਿਟੀ ਵਿੱਚੋਂ ਕੱਢ ਲਈਆਂ ਉਹ 6 ਕਿਹੜੀਆਂ ਨੇ ਅਨਾਜ ਹੈ ਪਲਸਸ ਨੇ ਤੇਲ ਬੀਜ ਨੇ ਤੇਲ ਨੇ ਤੇ ਉਸ ਤੋਂ ਬਾਅਦ ਆਲੂ ਤੇ ਪਿਆਜ਼ ਹੈ ਹੁਣ ਇਹ 6 ਕਮਿਊਨਿਟੀਆਂ ਇਹੋ ਜੀਆਂ ਨੇ ਜਿਹੜੀਆਂ ਕਿ ਹਰ ਨਾਗਰਿਕ ਨੂੰ ਚਾਹੀਦਾ ਤੇ ਇਹਨਾਂ ਨੇ ਬਾਹਰ ਕੱਢਤੀਆਂ ਬਾਹਰ ਕੱਢਣ ਦਾ ਮਤਲਬ ਕੀ ਹੋਇਆ ਮਤਲਬ ਇਹ ਹੋਇਆ ਕਿ ਹੁਣ ਭਾਰਤ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਕਿ ਨਾਗਰਿਕਾਂ ਨੂੰ ਇਹ ਚੀਜ਼ਾਂ ਵਾਜਬ ਮੁੱਲ ਤੇ ਮਿਲ ਜਾਣ। ਅੱਛਾ ਇਸੇ ਸੈਕਸ਼ਨ ਦੇ ਸੈਕਸ਼ਨ ਇਸੇ ਕਾਨੂੰਨ ਦੇ ਸੈਕਸ਼ਨ 3 ਦੇ ਸਬਸੈਕਸ਼ਨ 1 ਦੇ ਅੱਗੇ ਇੱਕ ਸਬਸੈਕਸ਼ਨ ਏ ਇੰਟਰੋਡਿਊਸ ਕਰ ਦਿੱਤਾ। ਉਹਦੇ 'ਚ ਲਿਖ ਦਿੱਤਾ ਵੀ ਅਸੀਂ ਇਹ ਜਿਹੜੀਆਂ ਨੇ 6 ਕਮਿਊਨਿਟੀਆਂ ਬੈਟਰਾ ਕਰਦੇ ਹਾਂ ਔਰ ਭਾਰਤ ਸਰਕਾਰ ਇਹਨਾਂ ਨੂੰ ਰੈਗੂਲੇਟ ਉਦੋਂ ਹੀ ਕਰੂਗੀ ਕਦੋਂ ਕੋਈ ਕਾਲ ਪੈ ਗਿਆ, ਕੋਈ ਜੰਗ ਲੱਗ ਗਈ ਜਾਂ ਕੋਈ ਕੁਦਰਤੀ ਆਫਤਾਂ ਆ ਗਈਆਂ ਜਾਂ ਇਹਨਾਂ ਦੇ ਰੇਟ ਲੋੜ ਤੋਂ ਜ਼ਿਆਦਾ ਵੱਧ ਗਏ। ਕਿੰਨੇ ਵਧ ਗਏ ਉਹਦੇ ਲਈ ਪੈਰਾ 1 ਬੀ ਲਿਖ ਦਿੱਤਾ ਵੀ ਉਹਦੇ ਚ ਡਿਫਾਈਨ ਕਰਤਾ ਵੀ ਕਿੰਨੇ ਵਧ ਗਏ ਉੱਥੇ ਜਿਹੜੀ ਬਹੁਤ ਖਤਰਨਾਕ ਗੱਲ ਇਸ ਅਮੈਂਡਮੈਂਟ ਚ ਆ ਗਈ ਉਹ ਕਹਿੰਦੇ ਨੇ ਵੀ ਇਹਨੂੰ ਜਿਹੜਾ ਵਪਾਰੀ ਹੈ ਹੈ ਨਾ ਉਹ ਉਹ ਜਿਹੜੀਆਂ ਪੈਰਿਸ਼ੀਬਲ ਆਈਟਮਸ ਨੇ ਉਹਨਾਂ ਨੂੰ 100 ਗੁਣਾ ਵਧਾ ਸਕਦਾ ਹਰ ਸਾਲ ਪਰਚੂਨ ਰੇਟ ਤੋਂ ਰਿਟੇਲ ਪ੍ਰਾਈਸ ਤੋਂ ਉਹਨੂੰ 100 ਗੁਣਾ ਵਧਾ ਸਕਦਾ ਪੈਰਿਸ਼ੀਬਲ ਨੂੰ ਤੇ ਨਾਨ ਪਰਿਸ਼ੀਵੇਲ ਨੂੰ 50% ਵਧਾ ਸਕਦਾ ਮਤਲਬ ਕਿ ਕਾਨੂੰਨ ਨੇ ਇਜਾਜ਼ਤੀ ਦਿੱਤੀ ਵਪਾਰੀਆਂ ਨੂੰ ਕਿ 100 ਗੁਣਾ ਵਧਾ ਲਿਓ ਤੇ ਇਹ ਇਹ ਬੜਾ ਖਤਰਨਾਕ ਹੋ ਗਿਆ ਇਹਨੂੰ ਥੋੜੇ ਜਿਹਾ ਧਿਆਨ ਨਾਲ ਵਿਚਾਰਨ ਦੀ ਲੋੜ ਹੈ ਵੀ ਜੇ ਅੱਜ ਜੇ 100 ਰੁਪਿਆ ਕਿਲੋ ਸੇਬ ਮਿਲਦਾ ਹੈ ਤਾਂ ਅਗਲੇ ਸਾਲ ਵਪਾਰੀ ਉਹਨੂੰ 200 ਨਾ ਕਰੇ 199 ਰੱਖ ਸਕਦਾ ਹੈ ਕਾਨੂੰਨ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਹੋਵੇਗਾ ਉਹਨੂੰ ਕੋਈ ਨਹੀਂ ਉਹ ਤਾਂ ਲਾ ਲਾ ਉਹਨੂੰ ਪਰਮਿਟ ਕਰਦਾ ਪਿਆ ਹਾਂਜੀ ਇਹ ਦਾਲ 100 ਰੁਪਏ ਕਿਲੋ ਮਿਲਦੀ ਆ ਉਹਨੂੰ ਉਹ 150 ਕਰ ਸਕਦਾ 149 ਕਰ ਲਵੇ 150 ਨਾ ਕਰੇ ਇਹ ਜਿਹੜਾ 100 ਕਿਲੋ ਵਾਲਾ ਸੇਵ 200 ਤੋਂ 199 ਆ ਗਿਆ 3 ਸਾਲ ਇਹਨੇ ਚਲੇ ਜਾਣਾ 395 ਤੇ ਉਸ ਤੋਂ ਬਾਅਦ ਇਹਨੇ ਚਲੇ ਜਾਣਾ 795 ਤੇ ਇਹ 10 ਸਾਲਾਂ ਬਾਅਦ ਭਾਜੀ 100 ਰੁਪਏ ਕਿਲੋ ਵਾਲੇ ਸੇਵ ਦੀ ਕੀਮਤ 50679 ਰੁਪਏ ਬਣ ਜਾਂਦੀ ਹੈ ਥਿਸ ਇਜ਼ ਰੈਡਿਕਲਸ ਇਸ 100 ਰੁਪਏ ਕਿਲੋ ਵਾਲੀ ਦਾਲ ਦੀ ਕੀਮਤ 10 ਸਾਲਾਂ ਬਾਅਦ 3700 ਰੁਪਏ ਕਿਲੋ ਚਲੀ ਜਾਂਦੀ ਹੈ ਮਤਲਬ ਕਿ ਯਾਰ ਦੇਖੋ ਕਦੀ ਤਨਖਾਹਾਂ ਇੰਨੀਆਂ ਵਧੀਆਂ ਨਹੀਂ ਕਿ ਗਰੀਬ ਆਦਮੀ ਅੱਜ 100 ਰੁਪਏ ਕਿਲੋ ਦੀ ਦਾਲ ਨਹੀਂ ਖਰੀਦ ਸਕਦਾ ਸਾਡਾ ਤੇ 10 ਸਾਲਾਂ ਬਾਅਦ 3700 ਰੁਪਏ ਕਿਲੋ ਵੀ ਦਾਲ ਕਿਤੋਂ ਖਰੀਦੋਗੇ ਮਤਲਬ ਕਿ this is all ਮਤਲਬ ਕਿ ਬਿਓਂਡ ਐਕਸਪੈਕਟੇਸ਼ਨ ਕਿ ਸਰਕਾਰ ਨੇ ਇੱਕ ਕਿ ਇਸ ਕਰਕੇ ਐਸੈਂਸ਼ੀਅਲ ਕਮਿਊਨਿਟੀ ਐਕਟ ਦੇ ਵਿੱਚ ਜਿਹੜੀਆਂ ਸੋਧਾਂ ਕੀਤੀਆਂ ਨੇ ਉਕ ਕਿ ਸੇਵੀਤ ਰਾਮ ਪਰਜਾ ਦੇ ਹੱਕ ਚ ਨਹੀਂ ਪਤਾ ਨਹੀਂ ਕਿਹੜੇ ਮੂੰਹ ਨਾਲ ਬਾਰ ਬਾਰ ਕਹੀ ਜਾਂਦੇ ਨੇ ਇਹ ਕਿਸਾਨਾਂ ਦੇ ਹੱਕ ਚ ਨੇ ਪਰਜਾ ਦੇ ਹੱਕ ਚ ਨੇ ਸੁਧਾਰਨ ਦੀ ਗੱਲ ਆ ਵੀ ਤੁਸੀਂ ਐਸੈਂਸ਼ੀਅਲ ਕਮਿਊਨਿਟੀ ਵਿੱਚੋਂ ਮਹੱਤਵਪੂਰਨ ਚੀਜ਼ਾਂ ਕਿਉਂ ਕੱਢ ਰਹੇ ਹੋ ਫਿਰ ਕੱਢਣ ਤੋਂ ਬਾਅਦ ਫਿਰ ਕਹਿੰਦੇ ਹੋ ਅਸੀਂ ਲਾਓ ਕਰ ਦਿਆਂ ਕਿ 100% ਰੇਟ ਵਧਾ ਲਓ ਪੈਰੀਸ਼ੀਬਲ ਦਾ ਦੂਜਿਆਂ ਦਾ 50% ਇੱਥੇ ਇੱਕ ਹੋਰ ਵੱਡਾ ਇੱਥੇ ਵੱਡਾ ਨੁਕਤਾ ਹੈ ਰਿਟੇਲ ਦਾ ਸਾਡੇ ਗਵਰਨਮੈਂਟ ਕੋਲੇ ਕੋਈ ਰਿਕਾਰਡ ਹੀ ਨਹੀਂ ਹੁੰਦਾ ਉਹਨਾਂ ਨੇ ਇਹ ਕਿਹਾ ਵੀ ਪਿਛਲੇ 5 ਸਾਲਾਂ ਦੀ ਔਸਤ ਜਾਂ ਪਿਛਲੇ ਸਾਲ ਦੀ ਪ੍ਰਾਈਸ ਵਿੱਚੋਂ ਜਿਹੜਾ ਘਟੂਗਾ ਉਹਨੂੰ ਆਧਾਰ ਮੰਨਿਆ ਜਾਊਗਾ ਰੇਟ ਵਧਾਉਣ ਲਈ ਇਹਨੂੰ ਵੀ ਹੁਣ ਬੜਾ ਧਿਆਨ ਨਾਲ ਸਮਝਣ ਦੀ ਲੋੜ ਹੈ ਵੀ 5 ਸਾਲਾਂ ਦੀ ਔਸਤ ਕਹਿੰਦੇ ਜਾਂ ਲਾਸਟ ਈਅਰ ਦੇ ਪ੍ਰਾਈਸ ਜਿਹੜਾ ਵੀ ਘਟੂਗਾ ਉਹ ਲਵਾਂਗੇ ਹੁਣ ਦੇਖੋ ਸੇਵ ਰੇੜੀ ਦੇ ਉੱਤੇ 80 ਰੁਪਏ ਕਿਲੋ ਵੀ ਵਿਕਦਾ ਤੇ ਮਾਲ ਦੇ ਵਿੱਚ 400 ਰੁਪਏ ਕਿਲੋ ਵੀ ਵਿਕਦਾ 80 ਰੁਪਏ ਕਿਲੋ ਵਾਲਾ ਰਿਕਾਰਡ ਕੋਈ ਨਹੀਂ ਹੈਗਾ 400 ਰੁਪਏ ਕਿਲੋ ਵਾਲਾ ਰਿਕਾਰਡ ਹੈ ਤੇ ਮੈਂ ਤਾਂ ਤੁਹਾਨੂੰ ਉਹ 100 ਰੁਪਏ ਕਿਲੋ ਦੀ ਗੱਲ ਕਰਦਾ ਉਹ 100 ਰੁਪਏ 80 ਰੁਪਏ ਕਿਲੋ ਦਾ ਰਿਕਾਰਡ ਹੀ ਕੋਈ ਨਹੀਂ ਹੁੰਦਾ ਰਿਕਾਰਡ ਤਾਂ 400 ਰੁਪਏ ਕਿਲੋ ਵਾਲਾ ਦਾ ਹੁੰਦਾ ਮੈਂ ਤਾਂ ਤੁਹਾਨੂੰ ਬੜੀ ਐ ਸਿਸਟੈਮੈਟਿਕ ਮਨ ਲੇ ਕੇ ਕਨਜ਼ਰਵੇਟਿਵ ਐਸਟੀਮੇਟ ਦੱਸਿਆ ਕਿ ਸੇਵ ਦਾ ਮੁੱਲ 50679 ਹੋ ਜਾਣਾ ਉਹ ਤਾਂ ਮੈਂ ਰੇੜੀ ਦੇ ਮੁੱਲ ਤੇ ਲਾ ਰਿਹਾ ਪਰ ਜੇ ਇਹਨਾਂ ਨੇ ਰਿਕਾਰਡ ਲੱਗਿਆ ਰੇੜੀ ਦਾ ਤਾਂ ਰਿਕਾਰਡ ਹੀ ਨਹੀਂ ਲੱਭਣਾ ਰਿਕਾਰਡ ਤਾਂ ਲੱਭ ਹੀ ਰਣਾ 400 ਰੁਪਏ ਕਿਲੋ ਵਾਲੇ ਦਾ ਉਹ ਤਾਂ ਪਹਿਲੇ ਸਾਲ ਹੀ 800 ਰੁਪਏ ਕਿਲੋ ਹੋ ਜਾਣਾ ਮਤਲਬ ਕਿ ਇਹਦੇ ਵਿੱਚ ਬਹੁਤ ਇਸ ਵੈਰੀ ਸੀਰੀਅਸ ਮੈਟਰ ਮਤਲਬ ਕਿ ਮੈਂ ਹੈਰਾਨ ਹਾਂ ਵੀ ਸਾਡੇ ਬੁੱਧੀਜੀਵੀ ਕਿਉਂ ਨਹੀਂ ਗੱਲ ਕਰ ਰਹੇ ਅਸੀਂ ਮਤਲਬ ਕਿ ਕੋਈ ਐਂਟੀ ਨੈਸ਼ਨਲ ਗੱਲ ਨਹੀਂ ਕਰਦੇ ਮੈਂ ਪੜਿਆ ਲਿਖਿਆ ਬੰਦਾ ਤੇ ਮੇਰੇ ਨਾਲ ਤੇ ਮੇਰੀ ਟੀਮ ਸਾਰੇ ਲੋਕ ਕੋ ਐਨੇ ਮਤ ਦਰਦ ਵਿੱਚ ਨੇ ਵੀ ਆਰ ਨਾਟ ਟੈਰਰਿਸਟ ਐਟ ਆਲ ਸਾਡੀ ਵੀ ਕੋ ਲਾਈਫ ਹਿਸਟਰੀ ਆ ਅਸੀਂ ਕਦੀ ਕਿਸੇ ਬੰਦੇ ਨਾਲ ਗੱਲ ਨਹੀਂ ਕੀਤੀ ਜਿਹੜਾ ਐਂਟੀ ਨੈਸ਼ਨਲ ਹੋਵੇ ਬਟ ਐਸ ਵੇ ਸਾਡੀਆਂ ਲੇਕਿਨ ਲੇਕਿਨ ਤੁਹਾਨੂੰ ਡਿਕਲੇਅਰ ਤੇ ਕਰ ਦਿੱਤਾ ਗਿਆ ਨਾ ਡਾਕਟਰ ਸਰ ਤੁਹਾਨੂੰ ਡਿਕਲੇਅਰ ਤੇ ਕਰ ਦਿੱਤਾ ਗਿਆ ਅਤੰਗਵਾਦੀ ਵੀ ਕਹਿ ਦਿੱਤਾ ਗਿਆ ਔਰ ਅੰਟੀ ਨੈਸ਼ਨਲ ਵੀ ਕਹਿ ਦਿੱਤਾ ਕਿ ਇਹ ਮੈਨੂੰ ਕਿਸੇ ਤੁਹਾਨੂੰ ਨਹੀਂ ਮਤਲਬ ਹੈ ਕਿ ਜਿਹੜੇ ਫਾਰਮਰਸ ਪ੍ਰੋਟੈਸਟ ਵਿੱਚ ਨੇ ਹਾਂ ਉਹਨਾਂ ਨੂੰ ਤਾਂ ਕਹਿ ਰਹੇ ਨੇ ਜੀ ਉਹਨਾਂ ਨੂੰ ਕਹਿ ਰਹੇ ਨੇ ਉਹ ਪਰ ਮੈਂ ਤਾਂ ਹੀ ਕਹਿ ਰਿਹਾ ਵੀ ਇਸ ਵੇਲੇ ਉਹਨਾਂ ਨੂੰ ਜੋ ਮਰਜ਼ੀ ਕਹੀ ਜਾਣ ਪਰ ਇੰਟੈਲੈਕਚੁਅਲ ਤੁਸੀਂ ਵੀ ਐਸੇ ਹੀ ਕਦਾ ਅਵਾਰਡ ਹੋਰ ਵਾਪਸ ਦੇ ਦਿੱਤਾ ਤੇ ਹੋ ਸਕਦਾ ਤੁਹਾਨੂੰ ਵੀ ਕਹਿ ਦੇਣ ਦੇਖੋ ਜੀ ਮੈਂ ਤਾਂ ਸਾਰੇ ਇੰਟੈਲੈਕਚੁਅਲਸ ਨੂੰ ਕਹਿ ਰਿਹਾ ਵੀ ਮਤ ਇਸ ਵੇਲੇ ਸਾਡਾ ਫਰਜ਼ ਬਣਦਾ ਹੈ ਇੰਟੈਲੈਕਚੁਅਲ ਨੂੰ ਅਤਵਾਦੀ ਕਹਿਣਾ ਇੰਨਾ ਸੁਖਾਲਾ ਨਹੀਂ ਹੁੰਦਾ ਕਹਿਣ ਨੂੰ ਜਿਹਨੂੰ ਮਰਜ਼ੀ ਕਹਿ ਲੈਣ ਜੇ ਸਾਰੇ ਇੰਟੈਲੈਕਚੁਅਲ ਚੇਅਰ ਤੇ ਆ ਕੇ ਬੈਠ ਜਾਣ ਕਿ ਸਾਰਾ ਆਪਾਂ ਗਲਤ ਤਾਂ ਕਰੀਏ ਨਾ ਮੈਂ ਤਾਂ ਸਾਰਿਆਂ ਨੂੰ ਕਾਲ ਦੇ ਰਿਹਾ ਵੀ ਬੈਠ ਕੇ ਗੱਲ ਕਰੀਏ ਦੇਸ਼ ਦੇ ਮਸਲੇ ਨਾਰੇ ਮਾਰ ਕੇ ਜਾਂ ਉਦਾਂ ਨਹੀਂ ਹੁੰਦੇ ਹਾਲੇ ਤਾਂ ਟੇਬਲ ਤੇ ਬੈਠ ਕੇ ਹੀ ਸਿਆਣਪ ਨਾਲ ਹੱਲ ਹੁੰਦੇ ਨੇ ਬਸ ਟੇਬਲ ਤੇ ਬੈਠਣ ਨੂੰ ਕੋਈ ਰਾਜੀਤਾ ਹੋਵੇ ਨਾ ਤੁਸੀਂ ਇੰਟੈਲੈਕਚੁਅਲ ਸੀ ਇੰਟੈਲੀਜੈਂਸੀਆ ਦੀ ਗੱਲ ਕਰ ਰਹੇ ਹੋ ਜਿਹੜੀ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਹੈ ICAR ਉਹਨਾਂ ਨੇ ਤੇ ਆਪਣੀ ਵੈਬਸਾਈਟ ਤੇ ਸਪੋਰਟ ਕਰ ਦਿੱਤੀ ਸੀ ਇਹਨਾਂ ਲਾਜ਼ ਦੀ ਤੁਸੀਂ ਕਿਹਨਾਂ ਦੀ ਗੱਲ ਕਰ ਰਹੇ ਹੋ ਮੈਂ ਉਹੀ ਤੁਹਾਨੂੰ ਕਹਿ ਰਿਹਾ ਜੀ ਬਸ ਹੁਣ ਕੀ ਕਰੀਏ ਹੁਣ ਪੰਜਾਬੀ ਵਿੱਚ ਕਹੀਏ ਤਾਂ ਉਹ ਗਾਲ ਲੱਗਦੀ ਹੈ ਵੀ ਗਾਲ ਕੱਢਤੀ ਪਰ ਵੀ ਇਹ ਆਵਾ ਉੱਤਿਆ ਹੋਇਆ ਨਹੀਂ ਅਫਸੋਸ ਦੀ ਗੱਲ ਹੈ ਨਾ ਕਿ ਜਿਹੜੇ ਲੋਕ ਪੜੇ ਲਿਖੇ ਨੇ ਜਿਨ੍ਹਾਂ ਨੂੰ ਤੇ ਲੀਡ ਕਰਨਾ ਚਾਹੀਦਾ ਸੀ ਇੰਟੈਲੈਕਚੁਅਲ ਲੈਵਲ ਦੇ ਉੱਤੇ ਆ ਕੇ ਔਰ ਇੰਟੈਲੀਜੈਂਸੀਆ ਵਿੱਚ ਜਿਨੂੰ ਅਸੀਂ ਕਹਿੰਦੇ ਆ ਉਹਨਾਂ ਨੇ ਕਹਿੰਦਾ ਸੀ ਕਿ ਉਹ ਆ ਕੇ ਸਪੀਅਰ ਹੈਡ ਕਰਦੇ ਪੂਰੀ ਕੈਂਪੇਨ ਨੂੰ ਦੱਸਦੇ ਲੋਕਾਂ ਨੂੰ ਸਮਝਾਉਂਦੇ ਉਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਸਮਝਾ ਰਹੇ ਹੋ ਕਿ ਉਹ ਆਂਦੇ ਅੱਗੇ ਔਰ ਦੱਸਦੇ ਕਿ ਭਈ ਇਹ ਚੀਜ਼ਾਂ ਤੁਹਾਡੇ ਖਿਲਾਫ ਨੇ ਤੁਸੀਂ ਇਸ ਤਰ੍ਹਾਂ ਨੂੰ ਕਰੋ ਔਰ ਗਵਰਨਮੈਂਟ ਦੇ ਨਾਲ ਇੱਕ ਬ੍ਰਿਜ ਦਾ ਰੋਲ ਪਲੇ ਕਰਦੇ ਤੇ ਕੋਸ਼ਿਸ਼ ਨਾ 7 ਫਰਵਰੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇੱਕ ਬਹੁਤ ਵੱਡਾ ਸੈਮੀਨਾਰ ਕੀਤਾ ਉਹ ਸੈਮੀਨਾਰ ਨੂੰ ਚੇਅਰ ਕਰ ਰਹੀ ਸਾਡੇ ਪੰਜਾਬ ਖੇਤੀਬਾੜੀ ਯੂਨਿਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਕਿਰਪਾਲ ਸਿੰਘ ਔਲਖ ਉਹਨਾਂ ਦੇ ਨਾਲ ਸੀਗੇ ਸਾਡਾ ਸਾਬਕਾ ਵਾਈਸ ਚਾਂਸਲਰ ਡਾਕਟਰ ਮਨਜੀਤ ਉਹਨਾਂ ਦੇ ਨਾਲ ਸੀਗੇ ਗੁਰਨਾਗਰ ਦੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬका ਐਸ ਪੀ ਸਿੰਘ ਹੋਰੀ ਉਹਨਾਂ ਦੇ ਨਾਲ ਸੀਗੇ ਸਾਡੀ ਐਸ ਵੇਲੇ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਰ ਯੂਨੀਵਰਸਿਟੀ ਦੇ ਐਗਜ਼ਿਸਟਿੰਗ ਵਾਈਸ ਚਾਂਸਲਰ ਡਾਕਟਰ ਇੰਦਰਜੀਤ ਸਿੰਘ ਉਹਦੇ ਨਾਲ ਸੀਗੇ ਡਾਕਟਰ ਗੁਰਸ਼ਰਨ ਸਿੰਘ ਜਿਹੜੇ ਸਾਪਕਾ ਵਾਈਸ ਚਾਂਸਲਰ ਸੀਗੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਿ ਪੰਜ ਵਾਈਸ ਚਾਂਸਲਰਸ ਨੇ ਉਸ ਫੰਕਸ਼ਨ ਨੂੰ ਚੇਅਰ ਕੀਤਾ ਔਰ ਸਾਡੇ ਐਗਰੀਕਲਚਰ ਯੂਨੀਵਰਸਿਟੀ ਦੇ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਟੀਆਂ ਦੇ ਪ੍ਰੋਫੈਸਰ ਇੰਟੈਲੈਕਚੁਅਲਸ ਉੱਥੇ ਬੈਠੇ ਸੀ ਉੱਥੇ ਮੈਂ ਤਾਂ ਉਹਨਾਂ ਸਾਰਿਆਂ ਦੇ ਸਾਹਮਣੇ ਖੁੱਲ੍ਹ ਕੇ ਗੱਲ ਕਹੀ ਹੈ ਯਾਰ ਵੀ ਤੁਸੀਂ ਗੱਲ ਕਿਉਂ ਨਹੀਂ ਕਰਦੇ ਉਹ ਸਾਰੇ ਇਸ ਗੱਲ ਨਾਲ ਐਗਰੀ ਕਰਦੇ ਆ ਕਿ ਸਾਨੂੰ ਗੱਲ ਕਰਨੀ ਚਾਹੀਦੀ ਹੈ ਔਰ ਡਾਕਟਰ ਆਲੱਖੇ ਸਾਰੀ ਮੂਵਮੈਂਟ ਨੂੰ ਲੀਡ ਕਰਨ ਲਈ ਅਸੀਂ ਅੱਗੇ ਵਧਾਂਗੇ ਸਾਰਿਆਂ ਨੂੰ ਜੁਗਾਉਣ ਲਈ ਵੀ ਅਸੀਂ ਪੜ੍ਹੇ ਲਿਖੇ ਲੋਕ ਆ ਫਿਰ ਅਸੀਂ ਜਿਹੜੀਆਂ ਪੜ੍ਹਾਈਆਂ ਕੀਤੀਆਂ ਨੇ ਉਹ ਬਤਾ ਪੰਜਾਬੀ ਜਿਹੜੀ ਉਸ ਗੱਲ ਕਹੀ ਵੀ ਇਹਨੂੰ ਅੱਗ ਲਾ ਦਈਏ ਫਿਰ ਆਪਣੇ ਥੀਸਿਸ ਚੱਕ ਕੇ ਆਪਣੇ ਰਿਸਰਚ ਪੇਪਰ ਇਹ ਕਰਨੇ ਕੀ ਨੇ ਜੇ ਅਸੀਂ ਆਪਣੇ ਪਰਜਾ ਦੀ ਆਪਣੇ ਸਮਾਜ ਦੀ ਕਿਸਾਨ ਦੀ ਗੱਲ ਹੀ ਨਹੀਂ ਕਰਨੀ ਤਾਂ ਅਸੀਂ ਕੀ ਬਣਦੇ ਵਿਗਿਆਨੀ ਵਿਗਿਆਨੀ ਕਹਾਦੇ ਆ ਸੋ ਬਹੁਤ ਵੱਡਾ ਫੰਕਸ਼ਨ ਸੀਗਾ ਇੱਥੇ ਪੰਜ ਵਾਈਸਚਾਰਸ ਸਟੇਜ ਤੇ ਬੈਠੇ ਸੀ ਉਹ ਤੋਂ ਬਿਨਾ ਕਈ ਵਾਈਸਚਾਰਸ ਆਡੀਅנס ਵੀ ਬੈਠੇ ਸੀਗੇ ਸੋ ਇਹ ਵੀ ਉਹ ਅਸੀਂ ਉਤਨ ਇੱਕ ਚਲੋ ਦੇਖਨੇ ਆ ਅਨਦਰ ਲੋਕੋ ਇਹ ਰਿਜ਼ਲਟ ਅੱਛਾ ਨਿਕਲਣਾ ਚਾਹੀਦਾ ਹੈ ਅਕਿਰਪਾਲ ਭਾਜੀ ਤੁਸੀਂ ਜਰਾ ਮਾਨੂੰ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਡਾਕਟਰ ਸਾਹਿਬ ਦੀ ਗੱਲ ਸੁਣੀ ਹੈ ਉਹਦੇ ਤੇ ਇੱਕ ਚੀਜ਼ ਸਾਨੂੰ ਸਾਹਮਣੇ ਨਜ਼ਰ ਆ ਰਹੀ ਹੈ ਕਿ ਜਿਹੜੇ ਲਾਅ ਬਣਾਏ ਗਏ ਨੇ ਉਹਨਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਐਂਟੀ ਫਾਰਮਰਸ ਨੇ ਔਰ ਐਸੀ ਵਜ੍ਹਾ ਤੋਂ ਫਾਰਮਰਸ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਨੇ ਦੂਸਰੀ ਤਰਫ ਅਸੀਂ ਦੇਖ ਰਹੇ ਹਾਂ ਕਿ ਗਵਰਨਮੈਂਟ ਜਿਹੜੀ ਹੈ ਉਹ ਟਾਸਟ ਮਸ ਨਹੀਂ ਹੋ ਰਹੀ ਬਿਲਕੁਲ ਹਿਲ ਨਹੀਂ ਰਹੀ ਮੈਂ ਮੋਦੀ ਸਾਹਿਬ ਨੂੰ ਵੀ ਸੁਣ ਰਿਹਾ ਹਾਂ ਉਹ ਵੀ ਬਿਲਕੁਲ ਕੋਈ ਚੀਜ਼ ਦੇ ਦਿੱਤੇ ਕੰਪਰੋਮਾਈਜ਼ ਕਰਵਾਉਣ ਸੇ ਤਿਆਰ ਹੀ ਨਹੀਂ ਹੈ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਮਹਿੰਗਾਈ ਅੰਨੀ ਵਧ ਰਹੀ ਪਿਛਲੇ 20 ਦਿਨਾਂ ਤੋਂ ਪੈਟਰੋਲ ਦੀਆਂ ਕੀਮਤਾਂ ਡੀਜ਼ਲ ਦੀਆਂ ਕੀਮਤਾਂ ਡੇਲੀ ਵਧ ਰਹੀਆਂ ਠੀਕ ਹੈ ਜੀ ਉਧਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਐਗਰੀਕਲਚਰਲ ਐਨਾਲਾਈਜ਼ਰਾਂ ਸਲੂਕ ਹੋ ਰਿਹਾ ਹੈ ਇੱਕ ਪਾਸੇ ਮਹਿੰਗਾਈ ਦੂਸਰੇ ਪਾਸੇ ਇਸ ਤਰ੍ਹਾਂ ਅਗਰ ਐਹੀ ਹਾਲਾਤ ਚਲਦੇ ਰਹੇ ਤੇ ਪੰਜਾਬ ਔਰ ਦੂਸਰੇ ਜਿਹੜੇ ਫਾਰਮਰਸ ਬਾਕੀ ਇਲਾਕਿਆਂ ਦੇ ਵਿੱਚ ਨੇ ਹਰਿਆਣਾ ਦੂਸਰੇ ਇਲਾਕਿਆਂ ਦੇ ਵਿੱਚ ਉਹਨਾਂ ਦਾ ਕੀ ਬਣੂਗਾ ਐ ਇਸਰ ਜੀ ਥੈਂਕ ਯੂ ਫਾਰ ਜਿਹੜਾ ਤੁਸੀਂ ਸਵਾਲ ਪੁੱਛਿਆ ਬੇਸਿਕ ਗੱਲ ਜਿਹੜੀ ਜਿਹੜੀ ਮੈਨੂੰ ਦਿੱਸਦੀ ਆ ਨਾ ਜੀ ਉਹ ਹੈਗਾ ਕਿ ਇਹ ਇਹਨਾਂ ਨੇ ਗੱਲ ਭੁੱਲੀ ਗਈ ਆ ਕਿ ਕਿ ਇੰਡੀਆ ਦੇ ਵਿੱਚ ਲੋਕ ਜਿਹੜੇ ਆ ਆਮ ਬੰਦੇ ਵਸਦੇ ਆ ਉਹਨਾਂ ਨੂੰ ਇਹ ਕੀੜੇ ਮਕੌੜੇ ਦਿੱਸਦੇ ਆ ਜਿਹੜੇ ਉਹ ਵੈਂਟੇਜ ਪੁਆਇੰਟ ਦੇ ਉੱਤੇ ਬੈਠੇ ਆ ਨਾ ਉਹਨਾਂ ਨੂੰ ਇਹ ਸਾਰੇ ਕੀੜੇ ਮਕੌੜੇ ਦਿੱਸਦੇ ਆ ਉਹਨਾਂ ਨੂੰ ਜਿਹੜੀ ਪ੍ਰੋਬਲਮ ਜਿਹੜੀ ਬੇਸਿਕ ਅੱਜ ਦਲੇ ਦਲੇਵਾਲ ਸਾਹਿਬ ਨੇ ਅੱਜ ਸਟੇਜ ਦੇ ਉੱਤੇ ਇਹਨਾਂ ਨੇ ਗੱਲ ਕੀਤੀ ਕਿ ਇਹ ਵਰਡ ਬੈਂਕ ਤੋਂ ਇਹਨਾਂ ਨੇ ਕਰਜ਼ੇ ਇਹਨੇ ਲਏ ਹੋ ਆ ਕਿ ਇਹ ਉਹਨਾਂ ਦੇ ਕੋਲ ਸਿਰਫ ਇਹੋ ਇੱਕ ਸੈਕਟਰ ਹੈਗਾ ਜਿਹਨਾਂ ਨੂੰ ਇਹ ਨਿਚੋੜ ਸਕਦੇ ਆ ਜਿਹੜਾ ਕਿ ਸੈਕਟਰ ਇਹਨਾਂ ਦੇ ਮੂਰੇ ਪ੍ਰੋਟੈਸਟ ਦੇ ਕਾਰਿਆ ਤੇ ਜਿਹੜੀ ਸਿਚੁਏਸ਼ਨ ਦੇ ਨਾਲ ਇਹਨਾਂ ਨੇ ਡੀਲ ਕਰ ਰਿਹਾ ਸਾਡੇ ਸਾਹਮਣੇ ਕਿ ਇਹਨਾਂ ਨੂੰ ਇੱਕ ਕੀੜੇ ਮਕੌੜੇ ਵਾਂਗੂ ਡੀਲ ਕਰ ਸਕਦੇ ਆ ਜਿਹੜੇ ਪੜ੍ਹੇ ਲਿਖੇ ਸੈਕਟਰ ਹੈਗੇ ਨਾ ਜਿਹੜੇ ਮਤਲਬ ਐਜੂਕੇਟਿਡ ਬੰਦੇ ਹੈਗੇ ਆ ਉਹਨਾਂ ਦੀਆਂ ਤਾਂ ਤਨਖਾਹਾਂ ਜਿਹੜੀਆਂ ਸਾਨੂੰ ਪਤਾ ਹੈ ਕਿ ਉਹਨਾਂ ਨੂੰ ਰੈਗੂਲਰਲੀ ਉਹਨਾਂ ਨੇ ਕੁਝ ਮਾਰਾ ਜਾਂ ਪ੍ਰੋਟੈਸਟ ਕੀਤਾ ਕੁਝ ਕੀਤਾ ਤੇ ਉਹਨਾਂ ਨੂੰ ਜਿੰਨੇ ਪਰਸੈਂਟ ਵਧਾ ਦਿੱਤਾ ਇੰਨੇ ਪਰਸੈਂਟ ਵਧਾ ਦਿਓ ਉਹ ਤਾਂ ਹੈਗਾ ਵੈਲ ਟੂ ਡੂ ਜਿਹੜਾ ਸੈਕਟਰ ਹੈਗਾ ਤੇ ਇਹ ਜਿਹੜਾ ਕਿਸਾਨਾਂ ਵਾਲਾ ਸੈਕਟਰ ਹੈਗਾ ਨਾ ਜੀ ਇਹਦੇ ਵਿੱਚ ਉਹਨਾਂ ਦੇ ਕੋਲ ਹੱਥ ਦੇ ਵਿੱਚ ਕੁਝ ਨਹੀਂ ਹੈਗਾ ਉਹਨਾਂ ਦੇ ਤਾਂ ਕਮੋਡਿਟੀ ਜੈਸ ਵੇਲੇ ਆ ਗਈ ਆ ਉਸ ਵੇਲੇ ਉਹਨਾਂ ਕੋਲ ਨਾ ਹੋਲਡਿੰਗ ਕਪੈਸਿਟੀ ਆ ਤੇ ਉਹ ਨੈਚੁਰਲੀ ਉਹਨਾਂ ਨੂੰ ਜੋ ਦੇ ਦਿੱਤਾ ਉਹ ਹੀ ਆ ਬਸ ਉਹਨਾਂ ਕੋਲ ਤੇ ਉਹਨਾਂ ਨੂੰ ਉਹ ਐਸ ਇੰਡੀਵਿਜੂਅਲਸ ਵੀ ਇਨ ਸਟ੍ਰੌਂਗ ਨਹੀਂ ਹੈਗੇ ਜਿਹੜੇ ਮਾਲੂ ਯੂਨਾਈਟਡ ਹੋ ਕੇ ਕੁਝ ਕਰ ਸਕਣ ਇਹ ਪਹਿਲੀ ਵਾਰੀ ਇੰਡੀਆ ਦੀ ਹਿਸਟਰੀ ਚ ਹੋ ਰਿਹਾ ਕਿ ਇੰਨੇ ਲਾਰਜ ਸਕੇਲ ਦੇ ਉੱਤੇ ਕਿਸਾਨ ਮੂਵਮੈਂਟ ਹੈ ਉਹਨਾਂ ਨੇ ਉਹਨਾਂ ਦਾ ਜਿਹੜਾ ਗਵਰਨਮੈਂਟ ਦਾ ਐਟੀਟਿਊਡ ਸੀ ਉਹ ਸੀ ਇਹ ਕਿ ਜੇ ਪੰਜਾਬ ਵਾਲੇ ਜੇ ਕਰਨਗੇ ਤੇ ਕੋਈ ਨਹੀਂ ਕਰ ਲੈਣ ਅਸੀਂ ਇਹਨਾਂ ਨੂੰ ਇਕੱਲੇ ਨੂੰ ਸੂਤ ਕਰ ਲਵਾਂਗੇ ਪਰ ਹੁਣ ਜਿਹੜੀ ਸਟ੍ਰੈਟਜੀ ਜਿਹੜੀ ਉਹਨਾਂ ਨੇ ਯੂਜ਼ ਕੀਤੀ ਆ ਆਈ ਥਿੰਕ ਇਟ ਵਿਲ ਬੀ ਆਲਟੀਮੇਟਲੀ ਅ ਸਕਸੈਸਫੁਲ ਸਟ੍ਰੈਟਜੀ ਜਿਹਦੇ ਨਾਲ ਕਿ ਉਹਨਾਂ ਨੇ ਬਾਕੀ ਸੂਬਿਆਂ ਦੇ ਵਿੱਚ ਵੀ ਇਹ ਜਿਹੜਾ ਅੰਦੋਲਨ ਜਿਹੜਾ ਹੈ ਨਾ ਉਹ ਪ ਦੇ ਹੁਣ ਦੇਖਾਂਗੇ ਕਿ ਇਹ ਕੀ ਕਰਦੇ ਐ ਪਰ ਉਹਨਾਂ ਦੀ ਇੰਟੈਂਟ ਜਿਹੜੀ ਆ ਨਾ ਜੀ ਇੰਟੈਂਟ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਵਰਲਡ ਬੈਂਕ ਦਾ ਵੀ ਪ੍ਰੈਸ਼ਰ ਆ ਨਾ ਜੀ ਉਹਦੇ ਚ ਅੱਜ ਉਹਨਾਂ ਨੇ ਜਿਹੜਾ ਇੱਕ ਪੁਆਇੰਟ ਪੈਨਸ਼ਨ ਕੀਤਾ ਸੀ ਮੈਂ ਉਹਦਾ ਨਾਮ ਤੋਂ ਆਫੀਸਰਸ ਦੇ ਭੁੱਲ ਗਿਆ ਉਹ ਮੋਦੀ ਹੁਣ ਦੇ ਟਾਈਮ ਦੇ ਦਿੱਤੇ ਹੋਇਆ ਜਿਹੜਾ ਉਹਦੇ ਵਿੱਚ ਪ੍ਰੀਵੀਅਸ ਟਰਮ ਸੀ ਉਹਦੇ ਵਿੱਚ ਕੀ ਹੋਇਆ ਕਿ ਵਰਲਡ ਬੈਂਕ ਨੇ ਜਿਹੜਾ ਇਹ ਇਦਾਂ ਦੇ ਜਿਹੜੇ ਰੈਗੂਲੇਸ਼ਨ ਨੇ ਇਹਨਾਂ ਤੇ ਇੰਪੋਜ਼ ਕਰਨੇ ਸੀ ਤੇ ਜਿਹੜਾ ਬੰਦਾ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਉਹ ਉੱਥੇ ਉਹਨਾਂ ਦੇ ਭਾਈ ਸਾਹਿਬ ਦਾ ਮੈਨੂੰ ਨਾਮ ਭੁੱਲ ਗਿਆ ਉਹਨਾਂ ਨੇ ਇਹ ਇਸਤਾਨ ਦੀਆਂ ਰੈਸਟ੍ਰਿਕਸ਼ਨ ਦੇ ਉੱਤੇ ਸਾਈਨ ਕਰਨੇ ਤੋਂ ਨਾ ਕਰਦੇ ਤੇ ਇਹਨਾਂ ਨੇ ਮੋਦੀ ਹੁਣਾਂ ਨੇ ਉਹਨੂੰ ਰਿਮੂਵ ਕਰਕੇ ਨਾ ਫਿਰ ਜਿਹੜਾ ਕੋਈ ਆਪਣਾ ਚਮਚਾ ਉੱਥੇ ਭੇਜਿਆ ਉਹ ਚਮਚੇ ਨੇ ਫਿਰ ਜੋ ਵਰਲਡ ਬੈਂਕ ਨੇ ਕਿਹਾ ਜਾਂ ਇਹਨਾਂ ਨੇ ਜੋ ਵੀ ਕਿਹਾ ਉਹਦੇ ਤੇ ਸਾਈਨ ਕੀਤੇ ਹੋਆ ਉਹ ਉਹ ਜਿਹੜਾ ਪ੍ਰੈਸ਼ਰ ਹੈ ਨਹੀਂ ਦੀ ਗਵਰਨਮੈਂਟ ਦੇ ਉੱਤੇ ਹੁਣ ਇਹ ਮਤਲ ਫਸਿਓ ਆ ਭਈ ਜੇ ਕਰਦੇ ਤਾਂ ਵੀ ਮਰਦੇ ਨਹੀਂ ਕਰਦੇ ਤਾਂ ਵੀ ਮਰਦੇ ਆ ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਐਸ ਵੇਲੇ ਉਹਨਾਂ ਨੇ ਕ੍ਰੀਏਟ ਕਰ ਲਈ ਆ ਔਰ ਉਹਦਾ ਹੀ ਰੀਜ਼ਨ ਹੈਗਾ ਕਿ ਇਹ ਇਹਨੇ ਬੁਰੀ ਤਰ੍ਹਾਂ ਅੜਿਓ ਨਹੀਂ ਤਾਂ ਬੜੀ ਕਾਮਨ ਸੈਂਸ ਦੀ ਗੱਲ ਆ ਕਿ ਇਹ ਸਾਰਾ ਇੰਡੀਆ ਐਸ ਵੇਲੇ ਫਾਰਮਿੰਗ ਕਮਿਊਨਿਟੀ ਸਾਰੀ ਕਹਿ ਰਹੀ ਹੈ ਅੱਜ ਤੁਸੀਂ ਬੱਚੇ-ਬੱਚੇ ਨੂੰ ਪੁੱਛ ਲਓ ਜਿਹੜਾ ਇਹਦੀ ਮੈਂ ਮਤਲ ਸਕਸੈਸਫੁਲ ਕਹੂੰਗਾ ਨਾ ਇਸ ਪ੍ਰੋਗਰਾਮ ਦੀ ਜੋ ਐਥਿਕ ਦੀ ਵੈਰੀ ਹੋਇਆ ਕਿ ਉਹਨਾਂ ਨੇ ਕੱਲੇ-ਕੱਲੇ ਬੱਚੇ ਨੂੰ ਚੇਤੇ ਕਰਾ ਦਿੱਤਾ ਕਿ ਇਸ਼ੂ ਕੀ ਆ ਅੱਜ ਛੋਟੇ-ਛੋਟੇ ਬੱਚੇ ਵੀ ਇਸ ਡਿਸਕ੍ਰਾਈਬ ਕਰਦੇ ਆ ਜੀ ਕਿ ਸਾਡਾ ਇਸ਼ੂ ਆ ਤੇ ਉਹ ਜੇ ਨਹੀਂ ਸੁਣਨਾ ਉਹ ਹੈਗਾ ਜੀ ਵੈਨਾਂ ਨੂੰ ਜੇਲ੍ਹ ਚ ਪਾ ਦਿਓ ਹੁਣ ਜਿਹੜਾ ਤੁਹਾਡਾ 26 ਜਨਵਰੀ ਦਾ ਜਿਹੜਾ ਇਹਨਾਂ ਨੇ ਇਹਨਾਂ ਰੌਲਾ ਪਾਇਆ ਆ ਗੱਲ ਕੀ ਉਹ ਗਲਤ ਕੁਝ ਵੀ ਨਹੀਂ ਹੋਈ ਉਹੀ ਲਾਲ ਕੇ ਲੈ ਆ ਉੱਥੇ ਲੋਕ ਜਾਂਦੇ ਆਗੇ ਦੇਖਦੇ ਉਥੋਂ ਦੀ ਆ ਜਾਂਦੇ ਇਹਨਾਂ ਨੂੰ ਵੀ ਉਹਨੂੰ ਪ੍ਰਾਈਵੇਟਾਈਜ਼ ਕੀਤਾ ਹੋਇਆ ਉਹ ਕਿਸੇ ਕੰਪਨੀ ਨੂੰ ਦਿੱਤਾ ਹੋਇਆ ਪ੍ਰਾਈਵੇਟ ਕੀਤਾ ਆ ਆਪ ਉਹਨੂੰ ਵੇਚ ਦਿੱਤਾ ਆ ਤੁਹਾਡੇ ਉਹ ਹੱਥ 'ਚ ਨਹੀਂ ਤੇ ਤੁਸੀਂ ਅੱਜ ਉਹਦੀ ਡਿਗਨਿਟੀ ਦੀ ਗੱਲ ਕਰਦੇ ਆ ਉਹ ਕਾਂਕਾਦੀ ਡਿਗਰੀ ਦਾ ਜੀ ਇਹ ਹੋ ਗਿਆ ਉਹ ਹੋ ਗਿਆ ਜਿਹੜਾ ਦੇਖਦਾ ਉਹ ਐਕਚੁਅਲੀ ਇਹ ਕਰਨਾ ਚਾਹੁੰਦੇ ਜੀ ਪਤਾ ਨਹੀਂ ਉਹਦਣ ਕੀ ਕਹਿਰ ਆ ਗਿਆ ਕਿਸੇ ਦੇ ਸੱਟ ਨਹੀਂ ਲੱਗੀ ਕਿਸੇ ਦੇ ਫੇਟ ਨਹੀਂ ਲੱਗੀ ਕੁਝ ਨਹੀਂ ਹੋਇਆ ਤਾਂ ਪਰ ਉਹ ਜਿਹੜਾ ਰੋਲਾ ਭਾ ਕੇ ਉਹ ਬੇਸਿਕਲੀ ਜਿਹੜਾ ਨਾ ਮਤਲਬ ਜਾਂ ਤਾਂ ਤੁਸੀਂ ਕਹੋ ਕਿ ਪੰਜਾਬ ਦੀ ਕਮਿਊਨਿਟੀ ਨੂੰ ਉਹ ਬਦਨਾਮ ਕਰਨਾ ਚਾਹੁੰਦੇ ਆ ਜਿਹੜਾ ਮੁੰਡੇ ਤੇ ਇਸ਼ੂ ਰਹਿੰਦਾ ਪਈ ਇਹਨਾਂ ਨੂੰ ਟੈਰਰਿਸਟ ਕਹਦੇ ਆ ਇਹਨਾਂ ਨੂੰ ਖਾਲਿਸਤਾਨੀ ਕਹਦੇ ਆ ਜੋ ਮਰਜ਼ੀ ਕਹਦੇ ਆ ਤੇ ਉਹ ਜਿਹੜਾ ਨੈਰੇਟਿਵ ਜਿਹੜਾ ਹੈਗਾ ਨੀ ਉਹ ਉਹਨਾਂ ਨੇ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਬੇਸਿਕਲੀ ਉਹ ਅੰਦਰ ਚਾਤੀ ਦਾ ਮਾਨ ਦੀ ਕੋਈ ਉਹਨਾਂ ਨੂੰ ਡਰਾਉਣਾ ਚਾਹੁੰਦੇ ਹੁਣ ਕਿਸਾਨਾਂ ਨੂੰ ਉਹ ਡਰਾਉਣਾ ਚਾਹੁੰਦੇ ਆ ਤੇ ਡਰਾ ਇਹ ਡਰ ਕੇ ਤਾਂ ਭੱਜ ਜਾਣਾ ਇੱਕ ਅੱਛਾ ਕਮਿਊਨਿਟੀ ਜੀ ਤੁਹਾਡਾ ਕੀ ਖਿਆਲ ਹੈ ਜਿਹੜੀ ਸਿਚੁਏਸ਼ਨ ਹੁਣ ਦੇਖਣੀ ਇੱਕ ਪਾਸੇ ਤੇ ਹੈ ਕਿ ਫਾਰਮਿੰਗ ਕਮਿਊਨਿਟੀ ਆਲਰੇਡੀ ਇੰਪੋਵਰਿਸ਼ਡ ਕਮਿਊਨਿਟੀ ਸੀ ਮਤਲਬ ਇਹ ਨਹੀਂ ਹੈ ਕਿ ਫਾਰਮਿੰਗ ਕਮਿਊਨਿਟੀ ਜਿਹੜੀ ਬੜੀ ਵੈਲ ਆਫ ਸੀ ਔਰ ਤੁਹਾਨੂੰ ਪਤਾ ਹੀ ਹੈ ਸੁਇਸਾਈਡਲ ਰੇਟ ਕਿੰਨਾ ਜ਼ਿਆਦਾ ਹੋ ਗਿਆ ਸੀ ਵੈਸੇ ਵੀ ਕਿਉਂਕਿ ਲੈਂਡ ਓਨਿੰਗ ਛੋਟੀ ਹੈ ਲੋਕਾਂ ਦੇ ਕੋਲ ਨਹੀਂ ਇਨਕਮ ਹੀ ਨਹੀਂ ਹੁੰਦੀ ਐਦੇ ਬਾਵਜੂਦ ਇੱਕ ਤੇ ਉਹ ਉਹ ਇੰਪੋਗਰੇਸ਼ਨਿਸ ਤੁਸੀਂ ਦੇਖੋ ਐਨੀ ਜ਼ਿਆਦਾ ਫੀਲ ਕਰਦੇ ਨੇ ਲੋਕ ਜਿਹੜੇ ਨੇ ਦੂਸਰੇ ਪਾਸੇ ਇਨਸੈਂਸਿਟਿਵ ਗਵਰਨਮੈਂਟ ਯਾਨੀ ਜਿਹੜੀ ਸਟੇਟ ਹੁੰਦੀ ਏ ਉਹ ਤੇ ਇੱਕ ਮਾਂ ਦੀ ਤਰ੍ਹਾਂ ਹੁੰਦੀ ਏ ਮਾਂ ਦੇ ਕੋਲ ਬੱਚਾ ਹੰਦਾ ਰੋਂਦਾ ਹੋਇਆ ਤੇ ਉਹਦੀ ਗੱਲ ਸੁਣਦੀ ਏ ਉਹਨੂੰ ਆਪਣੇ ਗਲੇ ਨਾਲ ਲਾਂਦੀ ਏ ਚਲੋ ਜੀ ਗੱਲ ਨਾ ਵੀ ਮੰਨੇ ਲੇਕਿਨ ਕਦੀ ਕਦੀ ਉਹਨੂੰ ਸਮਝਾਉਂਦੀ ਏ ਕਿ ਭਈ ਕੋਈ ਗੱਲ ਨਹੀਂ ਤੁਮ ਮੈਂ ਚੀਜ਼ ਲੈ ਦੇਉਂਗੀ ਆ ਜਿਸ ਸਮੇਂ ਵੀ ਹੁੰਦਾ ਲੇਕਿਨ ਇੱਥੇ ਤੇਸੀਂ ਦੇਖ ਰਹੇ ਕਿ ਐਨੀ ਇਨਸੈਂਸਿਟ ਸੈਂਸਿਟੀਵਿਟੀ ਏ ਕਿ ਲੋਕ ਬੈਠੇ ਹੋਏ ਨੇ ਆਲੇ ਦੋਲੇ ਉਹਨਾਂ ਦੇ ਕਿਲ ਲਾ ਦਿੱਤੇ ਨੇ ਪਤਾ ਨਹੀਂ ਇਹ ਕੀ ਹੋ ਕੀ ਰਿਹਾ ਤੁਹਾਡੀ ਨਜ਼ਰ ਵਿੱਚ ਕਿਸ ਤਰ੍ਹਾਂ ਚੱਲ ਰਿਹਾ ਗੱਲ ਤਾਂ ਇਹ ਸਵਾਲ ਜੀ ਜਿਹੜਾ ਐਕਚੁਅਲੀ ਇਜ਼ 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 ਵੈਰੀ ਕੰਪਲੈਕਸ ਕਿ ਕਿਉਂ ਇਦਾਂ ਹੋ ਰਿਹਾ ਤੇ ਲੋਕੀ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮੇਰੇ ਹਿਸਾਬ ਨਾਲ ਆਈ ਥਿੰਕ ਜਿਹੜਾ ਉਹ ਜਿਹੜੀ ਇਹ ਈਗੋ ਟ੍ਰਿਪ ਤੇ ਸਾਰਿਆਂ ਨੂੰ ਪਤਾ ਹੀ ਹੈ ਕਿ ਦ ਲੀਡਰ ਇਜ਼ ਔਨ ਅ ਵੈਰੀ ਬਿਗ ਈਗੋ ਟ੍ਰਿਪ ਬਟ ਆ ਉਹ ਜਿਹੜਾ ਨੈਕਸਸ ਹੈਗਾ ਨਾ ਦਾ ਅੰਡਰਸਟੈਂਡਿੰਗ ਕਹ ਲਓ ਨੈਕਸਸ ਆਫ ਬੀਇੰਗ ਦ ਲੀਡਰ ਕਿਉਂਕਿ ਲੀਡਰ ਬਣੇ ਨੇ ਔਰ ਅ ਟ੍ਰਾਂਜੈਕਸ਼ਨਲ ਨੋਟ ਕਿ ਵੀ ਮੇਰੀ ਤੋਂ ਇਹ ਮਦਦ ਕਰੋ ਮੈਂ ਜਦੋਂ ਲੀਡਰ ਬਣ ਗਿਆ ਤੁਹਾਡੀ ਤੁਹਾਡੀ ਮਦਦ ਕਰੂੰਗਾ ਉਹਦੀ ਮਿਹਰੀ ਪੋਗ ਤੇ ਇੰਨੀ ਸਟਰੋਂਗ ਹੈ ਦੈਟ ਨੈਕਸਸ ਉਹਦੇ ਨਾਲ ਉਹ ਉਸ ਲੈਵਲ ਦੇ ਜਿਹੜੇ ਹੈਗੇ ਨੇ ট্রেਡਰਸ ਉਹਨਾਂ ਨਾਲ ਇੰਨੀ ਇੰਨਾ ਜ਼ਬਰਦਸਤ ਨਾਲ ਨੈਕਸਸ ਹੈਗਾ ਕਿ ਉਹ ਬਾਕੀਆਂ ਨੂੰ ਦੇ ਜਸਟ ਡੋਨਟ ਕੇਅਰ ਐਂਡ ਪੈਰਨਲ ਦੇ ਵਿੱਚ ਜਿਹੜਾ ਦੂਜਾ ਚੱਲ ਰਿਹਾ ਹੈ ਜਿਹੜਾ ਬਿਹਾਈਂਡ ਦ ਸੀਨ ਚੱਲ ਰਿਹਾ ਉਹ ਐਕਚੁਅਲੀ ਆਰਐਸਐਸ ਦੀ ਜਿਹੜੀ ਮੇਨ ਥੀਓਲੋਜੀਕਲ ਆਈਡੀਓਲੋਜੀਕਲ ਜਿਹੜਾ ਉਹਨਾਂ ਦਾ ਉਹਨਾਂ ਦਾ ਜਿਹੜਾ ਦੇ ਵੰਡੋ ਯਰ ਇੰਪਲੀਮੈਂਟ ਅ ਸਰਟਨ ਸੈਟ ਆਫ ਥਿੰਗਸ ਵਿਚ ਜਿਹਨੂੰ ਕ ਡਿਫਾਈਨ ਕਰਦੇ ਨੇ ਹਿੰਦੂਤਾ ਜਿਹੜੀ ਹਿੰਦੂਤਾ ਦਾ ਜਿਹੜੀ ਆਈਡੀਓਲੋਜੀ ਹੈ ਕਿ ਤੁਸੀਂ ਹਰੇਕ ਨੂੰ ਅੰਡਰਵੇ ਆਕਸਿਟੇਰੀਅਨ ਟਾਈਪ ਆਫ ਅ ਸੈਟਅਪ ਸੈੱਟ ਕਰੋ ਜਿੱਥੇ ਜਿਹੜੀ ਜਨਤਾ ਪੜ ਰਹੀ ਹੈ ਜਿੱਦਾਂ ਤੁਸੀਂ ਡਾਕਟਰ ਸਾਹਿਬੀ ਗੱਲ ਕਰ ਰਹੇ ਸੀ ਸਾਖਰਪਾਲ ਸਿੰਘ ਗੱਲ ਕਰ ਰਹੇ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਅਨਪੜ ਬਣਾ ਕੇ ਤੇ ਕੰਟੀਨਿਊ ਦੀ 올ਡ ਵੇਜ਼ ਕਿ ਜਿੱਥੇ ਬੋਧੀ ਜਨਤਾ ਕੰਮ ਕਰਨ ਜੋਗੀ ਹੋਵੇ ਐਂਡ ਸਰਵ ਦ ਫਿਊ ਤੇ ਉਹ ਤਾਂ ਹੋਣਾ ਕਿਉਂਕਿ ਜਿਹੜੀ ਦੋ ਗੱਲਾਂ ਇਸ ਵੇਲੇ ਗੱਲ ਕੀਤੀ ਨਹੀਂ ਜਾ ਰਹੀ ਉਹ ਅਗਾਹ ਆਉਣਗੀਆਂ ਆਪਾਂ ਆਸ ਮੁੱਦੇ ਚ ਬਹੁਤ ਟਾਈਮ ਨਹੀਂ ਹੈ ਗੱਲ ਕਰਨ ਨੂੰ ਉਹ ਹੈਗੀ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ ਤੇ ਦੂਜੀ ਹੈਗੀ ਹੈ ਲਿਬਰ ਪਾਲਿਸੀ ਜਿਹੜੀਆਂ ਦੋਨੋਂ ਬੜੀ ਡਿਸਕ੍ਰੀਟਲੀ ਵੀ ਲਿਆਂੀਆਂ ਗਈਆਂ ਨੇ ਅਰਾਊਂਡ ਦ ਸੇਮ ਟਾਈਮ ਜਦੋਂ ਆ ਜਿਹੜੀ ਐਗਰੀਕਲਚਰ ਪਾਲਿਸੀ ਫਾਰਮ ਲਾਜ਼ ਵੀ ਲੈ ਕੇ ਆਏ ਨੇ ਐਂਡ ਦੇ ਆਰ ਸੋ ਡੇਂਜਰਸ ਐਂਡ ਉਹ ਸਾਰੀਆਂ ਗੱਲਾਂ ਜਿਹੜੀਆਂ ਤੁਕਦੀਆਂ ਨੇ ਕੇ ਬੰਦਿਆਂ ਨੂੰ ਅਨਪੜ੍ਹ ਕਰ ਦੋ ਇਹਨਾਂ ਨੂੰ ਆਪਣੀ ਜ਼ਮੀਨ ਤੋਂ ਅਲੱਗ ਕਰ ਦੋ ਤਾਂ ਕਿ ਜਿਹੜੀ ਉਹਨਾਂ ਦੀ ਗਵਰਨਮੈਂਟ ਦੀ ਐਕਚੁਅਲ ਪਾਲਿਸੀ ਹੈਗੀ ਹੈ ਗoing back a few years ਉਹ ਇਹ ਹੈ ਕਿ 40% ਦੀ ਹੋਰ ਲੋਡ ਹੈ ਲੇਬਰ ਦੀ ਇਨ ਅਰਬਨ ਏਰੀਆਜ਼ ਤੇ ਤੁਸੀਂ ਇੱਕ ਇੱਕ ਫਾਰਮਰ ਨੂੰ ਇੱਕ ਕਿਸਾਨ ਨੂੰ ਆਪਣੀ ਜ਼ਮੀਨ ਤੋਂ ਅਲੱਗ ਨਹੀਂ ਕਰ ਸਕਦੇ ਉਹ ਮਰਦੇ ਦਮ ਤੱਕ ਛੱਡਦਾ ਨਹੀਂ ਪਰ ਜੇ ਉਹਨੂੰ ਤੁਸੀਂ ਲੰਗ ਕਰ ਦੋ ਉਹਨੂੰ ਇੰਨੇ ਕਰਜ਼ਾਈ ਬਣਾ ਦੋ ਜਾਂ ਆਤਮਾ ਤਿਆਰ ਲਓ ਜਾਂ ਉਹ ਵੇਚ ਵੱਟ ਕੇ ਤੇ ਉਹ ਸ਼ਹਿਰ ਜਾ ਕੇ ਕੰਮ ਕਰਨਾ ਸ਼ੁਰੂ ਕਰ ਦੋ ਤੇ ਉਹਦੇ ਕਰਨ ਵਾਸਤੇ ਇਹਨਾਂ ਨੇ ਇੱਕ ਸੌਖਾ ਤਰੀਕਾ ਲੱਭ ਲਿਆ ਕਿ ਇਹਨੂੰ ਸਪੀਡ ਅਪ ਕਰ ਦੋ ਪ੍ਰੋਸੈਸ ਨੂੰ ਅਗਲੇ 4-5 ਸਾਲਾਂ ਚ ਸਾਰਾ ਬੰਦੇ ਨੰਗ ਹੋ ਜਾਣਗੇ ਤੇ ਸਾਰੇ ਇੰਡਸਟਰੀ ਉਧਰ ਹੋ ਜੂ ਨਈ ਤੇ ਬਾਕੀ ਨੂੰ ਤੁਸੀਂ ਕੰਟਰੈਕਟ ਫਾਰਮਿੰਗ ਤਾਂ ਹਮੇਸ਼ਾ ਰਹੀ ਹੈ ਇਨ ਨੂੰ ਕਿਨਾਂ ਨੇ ਕੰਟਰੈਕਟ ਫਾਰਮ ਨੂੰ ਇੱਕ ਹੋਰ ਟੰਗ ਦਾ ਅਫੀਸ਼ੀਅਲ ਬਣਾ ਦਿੱਤਾ ਜਿੱਦਾਂ ਪਤਾ ਨਹੀਂ ਸੀ ਨਵੀਂ ਚੀਜ਼ ਲੈ ਕੇ ਆ ਰਹੇ ਆ ਤਾਂ ਕਿ ਉਹ ਕਾਰਪੋਰੇਟ ਸਵਾਲ ਵਾਸਤੇ ਸਖਾ ਹੋ ਜਾਏ ਆਦਰਵਾਇਸ ਕੰਟਰੈਕਟ ਫਾਰਮਿੰਗ ਦਾ ਪੰਜਾਬ ਚ ਅੱਜ ਵੀ ਹੈ ਜਿਹਦੇ ਕੋਲ ਥੋੜੀ ਜਿਆਦਾ ਹੀ ਹੈ ਜਾਂ ਕੰਮ ਨਹੀਂ ਕਰ ਸਕਦਾ ਉਹ ਕਿਸੇ ਹੋਰ ਹੋਰ ਬੰਦੇ ਨੂੰ ਗਵਾਂਡੀ ਦੇ ਦਿੰਦਾ ਵੀ ਤੂੰ ਇਹਨੂੰ ਚਲਾਓ ਹਾਂ ਕੰਟਰੈਕਟ ਕਰ ਦਿੰਦਾ ਠੀਕ ਉਹ ਰੀਲீஸ் ਕਰ ਦਿਓ ਤੁਸੀਂ ਸੇਮ ਸਿੰਗ ਇਟ ਜਸਟ ਮਨੀ ਅਦਰ ਵੇਜ਼ ਟੂ ਡਿਫਾਈਨ ਇਟ ਸੋ ਇਹ ਜਿਹੜਾ ਯੂ ਨੋ ਨੂੰ ਐਦਾਂ ਟਰੀਟ ਕਰਨਾ ਉਹ ਇੱਕ ਤਰ੍ਹਾਂ ਦਾ ਪ੍ਰੈਸ਼ਰ ਟੈਕਟਿਕਸ ਨੇ ਵੀ ਤੂੰ ਬੰਦੇ ਬਣ ਜਾਓ ਵੀ ਆਰ ਦਾ ਐਂ ਜੇ ਤੁਸੀਂ ਸਾਡੀ ਨਹੀਂ ਗੱਲ ਸੁਣੋਗੇ ਅਸੀਂ ਉਹ ਮਲੀਆ ਮੇਟ ਕਰ ਦਾਂਗੇ ਤੇ ਉਹ ਦਬਾਅ ਦੇ ਹੇਠ ਇਹ ਦੇ ਵਾਂਟ ਟੂ ਕਾਈਂਡ ਆਫ ਸਪਰੈਸ ਆਲ ਦਿਸ ਮੈਂ ذرا ڈاکٹر صاحب ਨੂੰ ਪੁੱਛਣਾ ਜੀ ڈاکٹر صاحب ਜਿਹੜੀ ਗੱਲ ਕਰ ਰਹੇ ਨੇ ਕਬਨੀਤ ਭਾਜੀ ਇਹਦੇ ਜੇ ਅਸੀਂ ਦੇਖ ਰਹੇ ਹਾਂ ਕਿ ਇੱਕ ਤੇ ਡੈਮੋਕ੍ਰੇਸੀ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਲੋਕਾਂ ਦੀ ਗੱਲ ਸੁਣੀ ਜਾਂਦੀ ਜਿਹਨੂੰ ਅਸੀਂ ਜਮਹੂਰੀਅਤ ਕਹਿੰਦੇ ਹਾਂ ਉਹਦੇ ਜਮਹੂਰ ਹੁੰਦਾ ਨਾ ਪਬਲਿਕ ਨਹੀਂ ਹੋएगी ਤਾਂ ਉੱਤੇ ਡੈਮੋਕ੍ਰੇਸੀ ਕਿੱਥੇ ਹੋएगी ਔਰ ਕੈਪਟਲਿਜ਼ਮ ਦੇ ਨਾਂ ਤੇ ਜਿਸ ਤਰ੍ਹਾਂ ਮੈਂ ਹੈਡਿੰਗ ਦੇ ਜੂਏ ਲਿਖਿਆ ਹੋਇਆ ਹੈ ਕਿ ਕੈਪਟਲਿਜ਼ਮ ਦੇ ਨਾਂ ਦੇ ਉੱਤੇ ਅਥ ਉਦਿਸ਼ਾ ਰਵੀ ਵਗੈਰਾ ਜਿਸਨਾਂ ਦੀਆਂ ਬੱਚੀਆਂ ਜੜੀਆਂ ਨੇ ਉਹਨਾਂ ਦੇ ਕੋਲੋਂ ਇੰਨਾ ਡਰ ਔਰ ਖੌਫ ਪੈਦਾ ਹੋ ਗਿਆ ਹੈ ਕਿ ਹਕੂਮਤਾਂ ਜਿਹੜੀਆਂ ਨੇ ਔਰ ਗਵਰਨਮੈਂਟਸ ਜਿਹੜੀਆਂ ਨੇ ਡਰ ਰਹੀਆਂ ਨੇ ਕਿ ਭਈ ਇਹ ਬੱਚੀਆਂ ਇਕੱਠੀਆਂ ਹੋ ਗਈਆਂ ਤੇ ਪਤਾ ਨਹੀਂ ਕੀ ਬਣੇਗਾ ਉਹ ਗ੍ਰੇਟਰ ਥਰਨਬਰਗ ਔਰ ਛੋਟੀ ਜੀ ਬੱਚੀ ਹੈ ਉਹਦੇ ਟਵੀਟ ਦੇ ਉਤੇ ਔਰ ਟੂਲ ਕਿਟ ਦਾ ਇੱਕ ਐਸਾ ਕੋਈ ਬਹਾਨਾ ਬਣਾ ਲਿਆ ਹੈ ਤੇ ਇਹ ਅਥਾਰਟੀਰੀਟਿਨਿਜ਼ਮ ਦੀ ਤਰਫ ਜਾ ਰਹੇ ਹਾਂ ਜੀ ਅਸੀਂ ਬਿਲਕੁਲ ਜੀ ਬਿਲਕੁਲ ਇਤਾਂ ਆਟੋਕ੍ਰੇਸੀ ਵਾਲਾ ਕੰਮ ਹੈ ਨਾ ਉਹ ਤਾਂ ਗੱਲ ਰਹੀ ਨਹੀਂ ਹੈਗੀ ਜਿਹੜੀ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਉਹ ਤਾਂ ਬਿਲਕੁਲ ਖਤਮ ਹੈ ਤੇ ਇਹ ਬਹੁਤ ਹੀ ਮੈਂ ਸਮਝਦਾ ਵੀ ਇਹ ਇਹੋ ਜਿਹਾ ਮੌਕਾ ਹੈ ਵੀ ਜੇ ਇਸ ਵੇਲੇ ਇੰਟੈਲੈਕਚੁਅਲਸ ਔਰ ਜਿਹੜੇ ਜ਼ਿੰਮੇਵਾਰ ਅਹੁਦਿਆਂ ਦੇ ਲੋਕ ਬੈਠੇ ਨੇ ਜੇ ਉਹਨਾਂ ਨੇ ਆਪਣੀ ਭੂਮਿਕਾ ਨਾ ਨਿਭਾਈ ਤੇ ਸਭ ਤੋਂ ਪਹਿਲਾਂ ਘਾਣ ਉਹਨਾਂ ਦਾ ਹੀ ਹੋਣਾ ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ ਪਰ ਉਹਨਾਂ ਦੀ ਕਲਮ 'ਚ ਬਹੁਤ ਦਮ ਹੁੰਦਾ ਉਹ ਸਾਰੀਆਂ ਕਲਮਾਂ ਸੁੱਤੀਆਂ ਪਈਆਂ ਨੇ ਉਹਨਾਂ ਦੀਆਂ ਜਵਾਨਾਂ ਬੰਦ ਨੇ ਜੇ ਉਹ ਅਜੇ ਵੀ ਨਾ ਜਾਗੇ ਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਬਿਲਕੁਲ ਏਸੀ ਤਰਾਈਆਂ ਇਹਦੇ ਬਹੁਤ ਖਤਰਨਾਕ ਨਤੀਜੇ ਨਿਕਲ ਸਕਦੇ ਆ ਪ੍ਰਮਾਤਮਾ ਕਿਰਪਾ ਕਰੇ ਕਿ ਸਾਡੀ ਸਰਕਾਰ ਨੂੰ ਸੁਵਤ ਬਖਸ਼ੇ ਸਾਡੇ ਬੁੱਧੀਜੀਵੀ ਜਿਹੜੇ ਡਰ ਤੋਂ ਬਾਹਰ ਨਿਕਲ ਕੇ ਆ ਕੇ ਸੱਚ ਦੀ ਗੱਲ ਕਹਿ ਸਕਣ ਕਿਉਂਕਿ ਇਹਦੇ ਨਾਲ ਪੂਰੀ ਹਿਸਟਰੀ ਇੰਡੀਆ ਦੀ ਬਦਲ ਜਾਣੀ ਹੈ ਜੋ ਹੋ ਰਿਹਾ ਇਹਨੇ ਇਤਿਹਾਸ ਨੂੰ ਇੱਕ ਤਿੱਖਾ ਮੋੜ ਦੇਣਾ ਹੈ ਇਦੇ ਬੜੇ ਭਿਆਨਕ ਨਤੀਜੇ ਨਿਕਲਣਗੇ ਔਰ ਭਾਰਤ ਵਾਸੀਆਂ ਨੂੰ ਮੁੜ ਤੋਂ ਇੱਕ ইস্ট ਇੰਡੀਆ ਕੰਪਨੀ ਤੋਂ ਦੇਸ਼ ਨੂੰ ਯਾਦ ਕਰਾਇਆ ਸੀ ਮੁੜ ਕੇ ਫਿਰ ਆਜ਼ਾਦੀ ਦੀ ਵੱਡੀ ਜੰਗ ਖੜੀ ਕਰਨੀ ਪਵੇਗੀ ਜੇ ਅਸੀਂ ਇਸ ਵੇਲੇ ਕੁਤਾਹੀ ਕਰ ਗਏ ਤਾਂ ਬੜੀ ਵੱਡੀ ਗੱਲ ਤੁਸੀਂ ਕਰ ਰਹੇ ਹੋ ਔਰ ਇਹ ਸਮਝਣਾ ਜਿਹੜਾ ਹੈ ਬਹੁਤ ਜ਼ਰੂਰੀ ਹੈ ਕਿਰਪਾਲ ਬਾਜੀ ਤੁਸੀਂ ਐਗਰੀ ਕਰਦੇ ਹੋ ਜਿਸ ਤਰ੍ਹਾਂ ਡਾਕਟਰ ਸਾਹਿਬ ਫਰਮਾ ਰਹੇ ਨੇ ਕਿ ਸਿਨੈਰੀਓ ਬੜਾ ਹੀ ਖਤਰਨਾਕ ਹੋ ਸਕਦਾ ਹੈ ਔਰ ਬੜਾ ਭਿਆਨਕ ਹੋ ਸਕਦਾ ਹੈ ਅ ਮਿਊਟ ਹੋ ਤੁਸੀਂ ਅਨਮਿਊਟ ਕਰਨਾ ਐਬਸੋਲੂਟਲੀ ਮੈਂ ਬਲੀਵ ਕਰਦਾ ਹਾਂ ਬਿਲਕੁਲ ਜੋ ਡਾਕਟਰ ਸਾਹਿਬ ਨੇ ਕਿਹਾ ਬਿਲਕੁਲ ਇਹ ਗੱਲ ਠੀਕ ਹੈ ਕਿਉਂਕਿ ਜੇ ਇਹ ਉਹਨਾਂ ਦਾ ਸੈਂਟਰਲਾਈਜ਼ਡ ਪਾਵਰ ਕਰਨ ਦਾ ਰੀਜ਼ਨ ਹੀ ਇਹ ਹੈਗਾ ਆ ਕਿ ਜਿਹੜੇ ਅਗੇ ਸਟੇਟ ਸਬਜੈਕਟ ਸੀ ਹੌਲੀ ਹੌਲੀ ਉਹਨਾਂ ਨੇ ਕੀ ਕਿਹਾ ਹੈਗਾ ਕਿ ਸਭ ਕੁਝ ਆਪਣੇ ਕੋਲ ਲੈ ਕੇ ਤੇ ਕੰਪਲੀਟ ਡਿਕਟੇਟਰਸ਼ਿਪ ਜਿਹੜੀ ਆ ਉਹਨੂੰ ਐਸਟੈਬਿਸ਼ ਕੀਤਾ ਜਾ ਰਿਹਾ ਤੇ ਉਹ ਡਿਕਟੇਟਰਸ਼ਿਪ ਦਾ ਜਿਹੜਾ ਤੁਹਾਡਾ ਐਟੀਟਿਊਡ ਜਿਹੜਾ ਹੈਗਾ ਆ ਉਹ ਫਿਰ ਨੇਚਰਲੀ देयर विल ਕਮ ਅ ਟਾਈਮ ਜਿਹੜਾ ਫਿਰ ਉਹਦੇ ਅਗੇਂਸਟ ਰਿਐਕਸ਼ਨਸ ਸ਼ੁਰੂ ਹੋ ਜਾਣੀਆਂ ਉਹਨਾਂ ਦਾ ਤਾਂ ਖਿਆਲ ਕਰਿਆ ਸੀ ਵੀ ਸਾਰਿਆਂ ਨੂੰ ਮਾਰ ਦਿਆਂਗੇ ਤੇ ਇਸ ਤਰ੍ਹਾਂ ਤਾਂ ਜਿਹੜਾ ਫਿਰ ਉਹ ਕਹਿੰਦੇ ਹੁੰਦੇ ਭੱਜਦਿਆਂ ਨੂੰ ਤਾਂ ਬਾਹਣ ਇੱਕੋ ਜਾਈ ਹੁੰਦੇ ਆ ਹਾਂ ਤੇ ਇਹ ਲੋਕ ਕਹਿੰਦੇ ਨੇ 2% 2% ਲੋਕ ਨੇ 2% ਦੇ ਨਾਲ ਕੀ ਫਰਕ ਪਿਆ ਜਾਂਦਾ ਨਹੀਂ ਨਹੀਂ ਪਰ ਉਹਨਾਂ ਦੇ ਦਿਮਾਗ 'ਚ ਤਾਂ ਹੈਗਾ ਨਾ ਵੀ ਜਾਂ ਫਿਰ ਤੁਸੀਂ ਇਹ ਸਮਝ ਲਓ ਕਿ ਉਹ ਕੁਝ ਸੈਕਸ਼ਨਸ ਨੂੰ ਐਲੀਮੀਨੇਟ ਕਰਨਾ ਚਾਹੁੰਦੇ ਕੰਪਲੀਟਲੀ ਇਹ ਇਹਨਾਂ ਦੇ ਨੂੰ ਇੱਕ ਐਕਸਕਿਊਜ਼ ਚ ਲੈ ਕੇ ਸਿੱਕਾ ਨੂੰ ਪੁਸਾ ਕੇ ਤਾਂ ਪੰਜਾਬ ਡੈਫੀਨਟਲੀ ਸੇ ਕਮਜ਼ੋਰਿਟੀ ਸਟੇਟ ਹੈ ਗਈ ਆ ਤੇ ਇਥੋਂ ਮਤਲਬ ਉਹਨਾਂ ਦੇ ਹਿਸਾਬ ਨਾਲ ਸਾਰੀ ਗੱਲ ਸ਼ੁਰੂ ਹੋਈ ਆ ਪਰ ਇਹ ਕਿਸਾਨ ਨੂੰ ਤਾਂ ਥਰੋਅਆਊਟ ਇੰਡੀਆ ਮਾਰ ਰਹਾ ਆ ਉਹਨਾਂ ਨੂੰ ਹੈਗਾ ਕਿ ਇਹ ਕੀੜੇ ਮਕੌੜੇ ਮਰਗਾ ਤਾਂ ਕੋਈ ਕਰਦੇ ਥੈਟਸ ਵਾਟ ਦੀ ਇੰਟੈਂਟ ਇਜ਼ ਤੇ ਇਹ ਹੁਣ ਦੇਖੋ ਕਿ ਕਿੱਦ ਨੂੰ ਜਾਂਦੀ ਆ ਗੱਲ ਕਮਨੀ ਜੀ ਕਮਨੀ ਜੀ ਤੁਹਾਡਾ ਕੀ ਖਿਆਲ ਹੈ ਇਹ ਜਿਹੜੀ ਸਾਰੀ ਸਿਚੁਏਸ਼ਨ ਅਸੀਂ ਦੇਖ ਰਹੇ ਆ ਇਹਦੇ ਜਿਸੋਂ ਕਹਿੰਦੇ ਨੇ ਨਾ ਅਦਰਿੰਗ ਆਫ ਪੰਜਾਬ ਯਾ ਪੰਜਾਬੀਜ਼ ਠੀਕ ਹੈ ਨਾ ਕਿ ਉਹਨਾਂ ਨੇ ਇੱਕ ਪ੍ਰਾਇਏ ਦੀ ਤਰ੍ਹਾਂ ਡੀਲ ਕੀਤਾ ਜਾਂਦਾ ਹੈ ਆਪਣੇ ਦੀ ਤਰ੍ਹਾਂ ਨਹੀਂ ਡੀਲ ਕੀਤਾ ਜਾ ਰਿਹਾ ਫਾਰਮਰਸ ਨੂੰ ਤੁਸੀਂ ਸਮਝਦੇ ਹੋ ਕਿ ਐਸੇ ਐਸੇ ਨਾਲ ਤੁਸੀਂ ਵੀ ਐਗਰੀ ਕਰਦੇ ਹੋ ਕਿ ਅਦਰਿੰਗ ਆਫ ਫਾਰਮਰਸ ਯਾ ਅਦਰਿੰਗ ਆਫ ਯਾਬੀਜ਼ ਹੋਰੀ ਜੀ ਇਹਦੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਅਦਰਿੰਗ ਜਿਹੜੀ ਹੈ ਜਿੰਨੇ ਮਿਨੋਰਿਟੀਆਂ ਨੇ ਉਹਨਾਂ ਨਾਲ ਹੋ ਰਹੀ ਹੈ ਸਿਕ ਸਿਕ ਇਨ ਪਾਰਟਿਕੂਲਰ ਮੁਸਲਮਾਨਾਂ ਨਾਲ ਵੀ ਹੋ ਰਹੀ ਹੈ ਕ੍ਰਿਸਚੀਅਨ ਨਾਲ ਵੀ ਹੋਈ ਹੈ ਟੂ ਸਮ ਐਕਸਟੈਂਟ ਐਂਡ ਬੋਥ ਇਸ ਬਿਕੋਜ਼ ਦ ਰੀਜ਼ਨ ਸਿਕ ਆ ਨੰਬਰ 1 ਦੈਨ ਮੁਸਲਮਸ ਐਂਡ ਦੈਨ ਬਾਕੀ ਸਾਰੇ ਉਹ ਇਸ ਕਰਕੇ ਹੈ ਕਿ ਜਿਹੜਾ ਵੀ ਠੋਕ ਕੇ ਡਿਸੈਂਟ ਕਰ ਰਿਹਾ ਹੈ ਕਿ ਵੀ ਤੁਸੀਂ ਜਿਹੜੀ ਗੱਲ ਸਾਡੇ ਨਾਲ ਅਨਿਆਏ ਕਰ ਰਹੇ ਹੋ ਅਸੀਂ ਨਿਆਂ ਮੰਗਦੇ ਹਾਂ ਬਸ ਇੰਨੀ ਗੱਲ ਹੈ ਨਿਆਂ ਮੰਗਣਾ ਵੀ ਕੌਕੇ ਮੰਗਣਾ ਪੀਸਫੁਲੀ ਡਿਸੈਂਟ ਜਿਹੜਾ ਹੈਗਾ ਤੁਸੀਂ ਆਪਣੀ ਆਵਾਜ਼ ਉਠਾ ਰਹੇ ਹੋ ਉਹ ਵੀ ਮਨ ਉਹ ਮਨਪਸੰਦ ਕਰਦੇ ਨੇ ਵੀ ਤੁਸੀਂ ਇੱਕ ਬੰਦੇ ਤੇ ਕਹਿੰਦੇ ਹੋ ਫਰੀ ਡੈਮੋਕਰੈਟਿਕ ਕੰਟਰੀ ਹੈ ਉੱਥੇ ਸਭ ਤੋਂ ਜਿੰਨੀ ਖੁੱਲੀ ਛੁੱਟੀ ਆਜ਼ਾਦੀ ਦੇਣਗੇ ਆਪਣਾ ਡਿਸੈਂਟ ਦੇਣ ਵਾਸਤੇ ਆਵਾਜ਼ ਉਠਾਉਣ ਵਾਸਤੇ ਲੋਕਾਂ ਦਾ ਲੋਕਾਂ ਨੂੰ ਠੰਡਕ ਪਹੁੰਚਦੀ ਹੈ ਜਦ ਲੋਕੀ ਠੰਡੇ ਹੋਏ ਦੇ ਫਿਰ ਤੁਹਾਨੂੰ ਬੈਠੇ ਗੱਲ ਵੀ ਕਰਨ ਨੂੰ ਤਿਆਰ ਹੋਣਗੇ ਪਰ ਜੇ ਤੁਸੀਂ ਹਰ ਵਾਰੀ ਜਿਹੜਾ ਬੰਦਾ ਸਭ ਤੋਂ ਜ਼ਿਆਦੀ ਆਵਾਜ਼ ਉਠਾਉਂਦਾ ਹੈ ਕਿ ਵੀ ਅਨਿਆਂ ਹੋ ਰਿਹਾ ਹੈ ਨਾਲ ਸਿੱਖਾਂ ਦੀ ਤੇ ਸਾਡੀ ਜਿਹੜੀ ਵਿਰਸੇ ਦੇ ਵਿੱਚ ਹੈ ਸਾਡਾ ਮਜ਼ਬੂ ਹੈ ਕਿ ਕਿਸੇ ਵੀ ਅਨਿਆਂ ਦੇ ਉੱਤੇ ਕੋਈ ਵੀ ਅਨਿਆਂ ਹੋ ਰਿਹਾ ਉੱਤੇ ਖਲੋਣਾ ਇਹ ਉਹਨਾਂ ਨੂੰ ਪਤਾ ਹੈ ਸੋ ਹੁਣ ਪਤਾ ਵੀ ਪੰਜਾਬ ਦੇ ਸਿੱਖ ਨੇ ਇਹ ਸਭ ਤੋਂ ਜ਼ਿਆਦਾ ਇਹ ਰੌਲਾ ਪਾਉਣਗੇ ਉੱਤੋਂ ਫਾਰਮਰਸ ਨੇ ਫਾਰਮਰਸ ਵੀ ਜਿਹੜੇ ਨੇ ਬਾਇਰ ਲਾਰਜਲੀ ਸਿੱਖ ਨਹੀਂ ਸਾਰੇ ਜਿਹੜੇ ਫਾਰਮਰਸ ਨੇ ਅਣਖੀ ਬੰਦੇ ਨੇ ਸਾਫ਼ ਸੁਥਰੇ ਨੇ ਚਾਹੇ ਉਹ ਮਦਰਾਸ ਤੋਂ ਆਏ ਚਾਹੇ ਬੰਗਾਲ ਤੋਂ ਆਏ ਚਾਹੇ ਗੁਜਰਾਤ ਤੋਂ ਆਏ ਥੇਅਰ ਹੋਨੈਸਟ ਡੀਸੈਂਟ ਹਾਰਡ ਵਰਕਿੰਗ ਪੀਪਲ ਕਿਤੇ ਵੀ ਜਿਹੜੇ ਨੇ ਉਹ ਵੀ ਅਣਖੀ ਨੇ ਵੀ ਤੁਸੀਂ ਸਾਡੇ ਜ਼ਮੀਨ ਤੇ ਤੁਸੀਂ ਹਮਲਾ ਕਰਨ ਦਿਓ ਸਾਨੂੰ ਬੇਫਕੂ ਸਮਝਦੇ ਹੋ ਕਿਉਂਕਿ ਅੱਜ ਕੱਲ ਜਿਹੜੇ ਘੱਟ ਜ਼ਮੀਨਾਂ ਵਾਲੇ 2-4 ਕਿੱਲੇ ਦੇ ਵੀ ਉਹ ਵੀ ਉਹਨਾਂ ਦੇ ਬੱਚੇ ਪੜ ਰਹੇ ਨੇ ਤੇ ਜਿਹੜੀ ਲੋਕਲ ਬੋਲੀ ਹੈ ਉਹਨਾਂ ਹੁੰਦੀ ਹੈ 10ਵੀਂ 12ਵੀਂ ਤੱਕ ਸਾਰੇ ਪੜੇ ਨੇ ਅੱਜ ਕੱਲ ਤੇ ਉਹਨਾਂ ਨੂੰ ਅਖਬਾਰ ਪੜ੍ਹਨੀ ਆਉਂਦੀ ਹੈ ਫੋਨ ਸਾਰਿਆਂ ਕੋਲ ਨੇ ਸੋ ਇਨਫੋਰਮੇਸ਼ਨ 에ਜ ਹਸ ਸਾਰਾ ਲੈਵਲਿੰਗ ਇਫੈਕਟ ਹੋ ਗਿਆ ਸੋ ਪਰ ਆਪਣੇ ਆਪ ਨੂੰ ਪਰਸੀਵ ਕਰਨਾ ਵੀ ਇਹ ਸਾਰੇ ਬੇਵਕੂਫ ਨੇ ਇਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਕਿ ਅਸੀਂ ਜੋ ਮਰਜ਼ੀ ਕਰ ਲਾਂਗੇ ਇਹ ਤੇ ਉਹਨਾਂ ਦੀ ਫਿਰ ਅੰਗੇਲੀ ਹੈ ਤੇ ਇਹ ਜਿਹੜਾ ਹੈਗਾ ਕਿ ਵੀ ਟਾਰਗੇਟ ਕਰਨਾ ਇੱਕ ਗਰੁੱਪ ਨੂੰ ਉਹ ਇਹ ਹੈ ਕਿ ਜੇ ਵੱਡੇ ਗਰੁੱਪ ਨੂੰ ਟਾਰਗੇਟ ਕਰਨਗੇ ਤੇ ਇਟਸ ਨਾਟ ਈਜ਼ੀ ਛੋਟੇ ਗਰੁੱਪ ਕਿਉਂਕਿ ਸਿਕਸ ਆਰ ਓਨਲੀ 2% ਤੋਂ ਉਹਨਾਂ ਨੂੰ ਟਾਰਗੇਟ ਕਰਨਾ ਸੌਖਾ ਹੈ ਉਸ ਤੋਂ ਬਾਅਦ ਕਿਸੇ ਹੋਰ ਨੂੰ ਟਾਰਗੇਟ ਕਰ ਲਓ ਤਾਂ ਕਿ ਜਿਹੜੇ ਸਭ ਤੋਂ ਜ਼ਿਆਦਾ ਆਵਾਜ਼ ਉਠਾਉਂਦੇ ਨੇ ਲੀਡ ਕਰਉਂ ਢਾ ਲਓ ਤੇ ਬਾਕੀ ਡਰ ਜਾਣਗੇ ਆਈ ਡੋਨਟ ਥਿੰਕ ਦੈਟਸ ਗੋਇੰਟ ਟੂ ਹੈਪਨ ਕਿਉਂਕਿ ਐਜੂਕੇਸ਼ਨ ਇੰਨੀ ਹੁਣ ਸਪਰੈਡ ਹੋ ਚੁੱਕੀ ਹੈ ਡਾਕਟਰ ਸਾਹਿਬ ਤੇ ਹੋਰ ਇਹਨਾਂ ਵਰਗੋਂ ਜਿਹੜੇ ਉੱਥੇ ਲੱਗੇ ਹੋਏ ਨੇ ਮੁਹਿੰਮ ਦੇ ਵਿੱਚ ਇੰਨੀ ਆਵਾਜ਼ ਬਲੰਦ ਹੋ ਰਹੀ ਹੈ ਵਰਲਡਵਾਈਡ ਹੋ ਗਈ ਹੈ ਕਿ ਹੁਣ ਜੇ ਸਿੱਖਾਂ ਨੂੰ ਪਾਕ ਟਾਰਗੇਟ ਕਰ ਵੀ ਲੈਣਗੇ ਮੁਹਿੰਮ ਬੰਦ ਨਹੀਂ ਹੋਣ ਵਾਲੀ ਐਂਡ ਇਟ ਇਜ਼ ਇਟ ਇਜ਼ ਬੈਡ ਫॉर ਦ ਕੰਟਰੀ ਕਿਉਂ ਕਰ ਰਹੇ ਨੇ ਇਤਨਾ ਜਿਹੜੀ ਇਹ ਗੱਲ ਆ ਡਾਕਟਰ ਸਾਹਿਬ ਜਰਾ ਥੋੜਾ ਮੇਰਾ ਇੱਕ ਸਵਾਲ ਲੈ ਲਓ ਕਿ ਥੋੜੀ ਦੇ ਪਹਿਲੇ ਕਵਨੀਤ ਭਾਜੀ ਨੇ ਗੱਲ ਕੀਤੀ ਸੀ ਕੰਟਰੈਕਟ ਫਾਰਮਿੰਗ ਦੀ ਮੈਂ ਚਾਹਨਾ ਤੁਸੀਂ ਵੀ ਥੋੜੀ ਜਿਹੀ ਆਪਣੀ ਓਪੀਨੀਅਨ ਦੇ ਦਿਓ ਕਿ ਓਨਰਸ਼ਿਪ ਆਫ ਲੈਂਡ ਦੇ ਹਵਾਲੇ ਨਾਲ ਔਰ ਕੰਟ੍ਰੈਕਟ ਫਾਰਮਿੰਗ ਤੇ ਤੁਹਾਡੀ ਕੀ ਓਪੀਨੀਅਨ ਹੈ ਜੀ ਹਾਂ ਮੈਂ ਕੰਟ੍ਰੈਕਟ ਫਾਰਮਿੰਗ ਤੇ ਵੀ ਗੱਲ ਕਰਦਾ ਮੈਂ ਇੱਕ ਇਥੇ ਐਡ-ਆਨ ਕਰਨਾ ਚਾਹੁੰਦਾ 2% ਦੀ ਗੱਲ ਤੁਸੀਂ ਛੇੜੀ ਹੈ ਨਾ ਕਮਨੀਤ ਭਾਜੀ ਨੇ ਵੀ ਕਹੀ ਹੈ ਇੱਕ ਹਿਸਟੋਰੀਕਲ ਰੈਫਰੈਂਸ ਹੈ ਉਹ ਬਹੁਤ ਮਤਲਬ ਕਿ ਇੰਪੋਰਟੈਂਟ ਹੈ ਤੇ ਲੋਕਾਂ ਤੱਕ ਉਹ ਪਹੁੰਚਿਆ ਨਹੀਂ 1962 ਦੀ ਗੱਲ ਹੈ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਮੈਸੇਜ ਦਿੱਤਾ ਸੀ ਕਿ ਇੰਡੀਆ ਦੀ ਸਕਿਉਰਿਟੀ ਡਿਫੈਂਸ ਸਟਰੋਂਗ ਕਰਨੀ ਹੈ ਤੇ ਸਾਨੂੰ ਹੈਲਪ ਕਰੋ ਸਰ ਪ੍ਰਤਾਪ ਸਿੰਘ ਕਹ ਰਹੇ ਉਸ ਵੇਲੇ ਸਾਡੇ ਮੁੱਖ ਮੰਤਰੀ ਸੀ ਉਹਨਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਕਿਹਾ ਵੀ ਸਰ ਤੁਹਾਨੂੰ ਅਸੀਂ ਖੂਨ ਵੀ ਦਵਾਂਗੇ ਸੋਨਾ ਵੀ ਦਵਾਂਗੇ ਤੁਸੀਂ ਭਾਰਤ ਦੀ ਡਿਫੈਂਸ ਨੂੰ ਮਜ਼ਬੂਤ ਕਰੋ ਪ੍ਰਤਾਪ ਸਿੰਘ ਕੈਰੋਂ ਨੇ ਆ ਕੇ ਪੰਜਾਬ ਚ ਕਾਲ ਦਿੱਤੀ ਕਿ ਭਾਰਤ ਦੀ ਡਿਫੈਂਸ ਨੂੰ ਸਟਰੋਂਗ ਕਰਨਾ ਸੋਨਾ ਦਿਓ ਮਤਲਬ ਕਿ ਬਹੁਤ ਇੰਪੋਰਟੈਂਟ ਗੱਲ ਹੈ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਪੰਡਿਤ ਜਵਾਹਰ ਲਾਲ ਨਹਿਰੂ ਦਾ 73ਵਾਂ ਜਨਮ ਦਿਨ ਸੀਗਾ ਤੇ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਤੋਂ 130 ਕਿਲੋ ਸੋਨਾ ਲਿਆ ਕੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਦਿੱਤਾ ਪਾਈ ਨਵੰਬਰ ਤੱਕ ਇਹ ਸੋਨਾ 255 ਕਿਲੋ ਹੋ ਗਿਆ ਜਿਹੜਾ ਕਿ ਪ੍ਰਤਾਪ ਸਿੰਘ ਕੈਰੋ ਨੇ ਪੰਜਾਬੀਆਂ ਨੂੰ ਦਿੱਤਾ ਜਿਹੜਾ ਉਹ ਸਾਡੇ ਮੁੱਖ ਮੰਤਰੀ ਸਿਰਫ ਸਿਰਫ ਪੰਜਾਬ ਦੇ ਚੋਂ ਸਿਰ ਪੰਜਾਬ ਦੇ ਮੈਂ ਤੁਹਾਨੂੰ ਗੱਲ ਪੂਰੀ ਦੱਸਦਾ ਵੀ ਕੱਲੇ ਪੰਜਾਬ ਨੇ 252 ਕਿਲੋ ਸੋਨਾ ਜਿਹੜਾ ਕਿ ਇੰਡੀਆ ਦੇ ਨੈਸ਼ਨਲ ਡਿਫੈਂਸ ਰਿਕਾਰਡ ਦੇ ਵਿੱਚ ਡਾਕੂਮੈਂਟਡ ਹੈ ਕਿ 28 ਨਵੰਬਰ 1962 ਤੱਕ ਇਹ ਕੁੱਲ ਸੋਨਾ 255 ਕਿਲੋ ਹੋ ਗਿਆ ਦੂਸਰੇ ਪਾਸੇ ਪੰਜਾਬ ਤੋਂ ਬਿਨਾ ਬਾਕੀ ਦੀਆਂ ਸਟੇਟਸ ਨੇ ਵੀ ਸੋਨਾ ਦਿੱਤਾ ਉਹ ਉਹ ਕੁੱਲ ਸੋਨਾ 5 ਕਿਲੋ 327 ਗ੍ਰਾਮ ਸੀਗਾ ਇਹ ਪੰਜਾਬ 2% ਲੋਕ 255 ਕਿਲੋ ਸੋਨਾ ਦੇ ਰਹੇ ਨੇ ਤੇ 98% ਲੋਕ 5.327 ਕਿਲੋ ਦੇ ਰਹੇ ਨੇ ਇਹਨੂੰ ਰੇਸ਼ੋ ਕਰ ਲੋ ਬਿਲਕੁਲ ਰਿਵਰਸ ਹੋ ਜਾਂਦੀ ਹੈ 2% ਵਾਲਿਆਂ ਦੀ ਕੰਟਰੀਬਿਊਸ਼ਨ 98% ਸੀ 98 ਵਾਲਿਆਂ ਦੀ ਕੰਟਰੀਬਿਊਸ਼ਨ 2% ਸੀ ਜਿਹੜਾ ਕਿ ਸਾਡੀ ਇੰਟਰਨੈਸ਼ਨਲ ਡਿਫੈਂਸ ਦਾ ਰਿਕਾਰਡ ਬੋਲਦਾ ਕਿ ਸਾਨੂੰ ਕਦੋਂ ਤੱਕ ਮੂਰਖ ਬਣਾਉਂਦੇ ਰਹਿਣਗੇ ਅਸੀਂ 2% ਹੈਗੇ ਆ ਪਰ ਸਾਡੇ ਤੇ ਜਜਬਾ 98% ਦੀ ਰਾਖੀ ਕਰਨ ਦਾ ਪੰਜਾਬ ਨੂੰ ਕਿਉਂ ਸਾਰੀ ਦੁਨੀਆ ਕਹਿੰਦੀ ਆ ਫੂਡ ਬੌਲ ਆਫ ਇੰਡੀਆ ਮਲਕੀ ਅਸੀਂ ਉਹ ਅਮਰੀਕਾ ਕੋਲੋਂ ਠੂਠਾ ਮੰਗ ਕੇ ਮੰਗਦੇ ਸੀ ਕਣਕ ਖਾਣ ਨੂੰ ਤੇ ਸਾਡੀ ਮਤਲਬ ਕਿ ਮੈਂ ਆਪਣੇ ਜਜ਼ਬੇ ਚੋਂ ਨਹੀਂ ਆਪਣੇ ਹੋਸ਼ ਚੋਂ ਬੋਲ ਰਿਹਾ ਕਿ ਭਾਰਤ ਦੇ ਜਦੋਂ ਮਰ ਰਹੇ ਸੀ ਨਾ ਖਾਣ ਨੂੰ ਕੁਝ ਨਹੀਂ ਸੀ ਤਾਂ ਇਹ 2% ਨੇ ਆਪਣੀ ਧਰਤੀ ਦੇ ਹਿੱਕ ਤੇ ਹਾਲ ਚਲਾਇਆ ਸਾਡੀਆਂ ਮਿੱਟੀਆਂ ਝੋਨਾ ਪੈਦਾ ਕਰਨ ਦੇ ਯੋਗ ਨਹੀਂ ਸੀਗੀਆਂ ਪਰ ਅਸੀਂ ਬੀਜਿਆ ਪੰਜਾਬੀ ਝੋਨਾ ਨਹੀਂ ਖਾਂਦੇ ਅੰਨਾ ਪਰ ਪੰਜਾਬ ਦੇ ਲੋਕਾਂ ਨੇ ਭਾਰਤ ਦੇ ਲੋਕਾਂ ਲਈ ਬੀਜਿਆ ਤੇ ਇਹ ਗੱਲ ਬਹੁਤ ਇੰਪੋਰਟੈਂਟ ਆ 1 ਕਿਲੋ ਝੋਨਾ ਪੈਦਾ ਕਰਨ ਦੇ ਲਈ 4000 ਲੀਟਰ ਪਾਣੀ ਲੱਗਦਾ ਤੇ 1 ਲੀਟਰ ਪਾਣੀ 10 ਰੁਪਏ ਦਾ ਵਿਕਦਾ ਬੋਤਲਾਂ ਦੇ ਵਿੱਚ ਮੈਂ ਕਹਿੰਦਾ ਇਹਦਾ ਮੁੱਲ ਤੁਸੀਂ 5 ਰੁਪਏ ਲਾ ਲਓ ਤਾਂ 1 ਕਿਲੋ ਝੋਨਾ ਪੈਦਾ ਕਰਨ ਲਈ ਅਸੀਂ 20000 ਰੁਪਏ ਦਾ ਪਾਣੀ ਖਰਚ ਦਿੰਨੇ ਆ ਤੇ ਸਾਨੂੰ ਉਹ 20 ਰੁਪਏ ਕਿਲੋ ਵੀ ਨਹੀਂ ਵਿਕਦਾ ਸਾਡਾ ਕਿ 18 ਰੁਪਏ 88 ਪੈਸੇ ਕਿਲੋ ਚੱਕਿਆ ਜਾਂਦਾ ਪਰ ਉਹਨੂੰ ਪੈਦਾ ਕਰਨ ਲਈ ਅਸੀਂ 20000 ਰੁਪਏ ਦਾ ਇਕੱਲਾ ਪਾਣੀ ਲਾਇਆ ਹੁੰਦਾ ਬਾਕੀ ਦੀ ਮਿਹਨਤ ਤਾਂ ਪਾਸੇ ਰਹੀ ਮਤਲਬ ਕਿ ਨਾ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਜਦੋਂ 2% ਕਰਕੇ ਸੰਬੋਧਨ ਕਰਦੇ ਆਂ ਵੀ ਤੁਸੀਂ ਕਦਰ ਰੱਖਦੇ ਹੋ 2% ਵਾਲਿਆਂ ਦੇ ਬਰਾਬਰ ਦਾ ਜਿੰਨਾ ਪੱਬਾਂ ਦੇ ਭਾਰ 2% ਵਾਲੇ ਪਾ ਲੈਂਦੇ ਆ ਤੁਸੀਂ ਆਪਣੇ ਪੱਬਾਂ ਤੇ ਉਹਨਾਂ ਭਾਰ ਪਾ ਕੇ ਖੜ ਸਕਦੇ ਹੋ ਮਤਲਬ ਕਿ ਦਿਸ ਇਜ਼ ਮਕੇ ਟੂ ਸ਼ੇਮ ਜਿਹੜਾ ਸਾਡੀ ਮੈਂ ਪਾਰਲੀਮੈਂਟ ਵਿੱਚ ਐਮਪੀਜ਼ ਨੂੰ ਸੁਣਦਾ ਕਿਵੇਂ ਚੀਚਘਾੜਾ ਪਾਉਂਦੇ ਆ ਵੀ 2% ਲੋਕ ਨੇ ਤਾਂ ਕੀ ਹੋ ਗਿਆ ਆਪਣੇ ਇਤਿਹਾਸ ਨੂੰ ਫੋੜ ਕੇ ਦੇਖੋ ਜੇ ਇਹ 2% ਨਾ ਨਾ ਹੁੰਦੇ ਤੁਹਾਨੂੰ ਰੋਟੀ ਨਹੀਂ ਸੀ ਮੈਨ ਨਹੀਂ ਹੁਣ ਤੱਕ ਸੀ ਮਰ ਜਾਣਾ ਸੀ ਹੁਣ ਤੱਕ ਸੋ ਮੀ ਮਤਲਬ ਕਿ ਜਿਹੜੀ ਹੁਣ ਗੱਲ ਹੈਗੀ ਹੈ ਦਿਸ ਇਜ਼ ਮਨ ਲੱਕ ਅੱਤ ਦੀ ਹੈ ਜਿਹੜੀ ਗ੍ਰੈਵਿਟੀ ਤੇ ਸਾਡੇ ਪੜੇ ਲਿਖੇ ਲੋਕ ਜੀ ਅਜੇ ਵੀ ਨਾ ਜਾਗਦੇ ਅਸੀਂ ਐਡੀ ਵਿਰਾਸਤ ਸਾਡੀ ਪਈ ਹੈ ਇੰਨੀਆਂ ਕੁਰਬਾਨੀਆਂ ਭਾਤ ਦੀ ਅਸੀਂ ਕੀਤੀਆਂ ਨੇ ਗਾਂ ਵੀ ਕਰਾਂਗੇ ਸਾਡਾ ਆਪਣਾ ਦੇਸ਼ ਹੈ ਸਾਨੂੰ ਧੱਕੇ ਨਾਲ ਬਾਹਰ ਥੋੜਾ ਕੱਢ ਦੇਣਗੇ ਇੱਥੋਂ ਪਰ ਇਹ ਵੀ ਜੇ ਅਸੀਂ ਜਾਗੇ ਨਾ ਇਹ ਮਹਿਮਾ ਨਾ ਖੜੀ ਕੀਤੀ ਤਾਂ ਬੜੀ ਤਰਾਸਦੀ ਵਾਲੀ ਗੱਲ ਆ ਕੰਟਰੈਕਟ ਫਾਰਮਿੰਗ ਦੇ ਤੁਸੀਂ ਸਵਾਲ ਕੀਤਾ ਹੈ ਕੰਟਰੈਕਟ ਫਾਰਮਿੰਗ ਦੇਖੋ ਕੰਟਰੈਕਟ ਫਾਰਮਿੰਗ ਪਹਿਲਾਂ ਹੀ ਤੁਸੀਂ ਵੀ ਕਿਹਾ ਚੱਲਦੀ ਹੈ ਹੈਨਾ ਇਹ ਪਿੰਡ ਵਿੱਚ 300 ਜ਼ਿਮੀਂਦਾਰ ਆ ਉਹਦੇ ਵਿੱਚੋਂ ਮਤਲਬ ਕਿ 50 ਜ਼ਿਮੀਂਦਾਰ ਖੇਤੀ ਕਰਦੇ ਨੇ ਬਾਕੀਆਂ ਨੇ ਆਪਣੇ ਭਰਾਵਾਂ ਨੂੰ ਸ਼ਰੀਕੇ ਚ ਜਾਂ ਵਾਰ ਆਪਾਂ ਨੂੰ ਠੇਕੇ ਤੇ ਕਹਿ ਦਿੰਦੇ ਆ ਠੇਕੇ ਦਿੱਤੀ ਹੋਈ ਆ ਇੱਕ ਤਾਂ ਹਮ ਦਾ ਠੇਕੇ ਤੇ ਦੇਣਾ ਇੱਕ ਕੰਟਰੈਕਟਰ ਫਾਰਮਿੰਗ ਹੋਰ ਹੁੰਦੀ ਆ ਦੋ ਤਰ੍ਹਾਂ ਦੀ ਆ ਆਪਾਂ ਠੇਕੇ ਵਾਲੀ ਨੂੰ ਵੀ ਕੰਟਰੈਕਟ ਵਿੱਚ ਗਿਣ ਲੈਣੇ ਆ ਠੇਕੇ ਵਾਲੀ ਜੀ ਕੀ ਹੁੰਦਾ ਆ ਆਪਾਂ ਜ਼ਮੀਨ ਦੇਤੀ ਪੈਸੇ ਲੈ ਲੇ ਅਗਲਾ ਆਪਣੀ ਮਰਜ਼ੀ ਨਾਲ ਫਸਲ ਬੀਜ ਲੈਂਦਾ ਇੱਕ ਜਿਹੜੀ ਕੰਟਰੈਕਟ ਫਾਰਮਿੰਗ ਉਹ ਕਹਿੰਦੇ ਆ ਨਾ ਉਹ ਕੁਝ ਹੋਰ ਹੈ ਉਹਦੇ ਵਿੱਚ ਇਹ ਹੈਗਾ ਵੀ ਉੱਥੇ ਕਿਹੜੀ ਫਸਲ ਬੀਤਣੀ ਹੈ ਕੀ ਕਰਨਾ ਹੈ ਉਹ ਸਾਰਾ ਕੁਝ ਉਹ ਇੱਕ ਵਪਾਰੀ ਤੈਅ ਕਰਦਾ ਜੋ ਫੁੱਲਾਂ ਦਾ ਵਪਾਰੀ ਹੈ ਫੁੱਲ ਬੀਜੂਗਾ ਜੋ ਸਬਜ਼ੀਆਂ ਦਾ ਵਪਾਰੀ ਹੈ ਸਬਜ਼ੀ ਬੀਜੂਗਾ ਜੇ ਉਹਨੂੰ ਆਲੂ ਚਾਹੀਦੇ ਤਾਂ ਉਹ ਬੀਜੂਗਾ ਉਹ 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 ਸਾਰਾ ਕੁਝ ਉਹਦਾ ਨਿਯਤ ਹੁੰਦਾ ਬਟ ਉਹਦੇ ਵਿੱਚ ਖਤਰਨਾਕ ਗੱਲ ਇਹ ਹੈ ਵੀ ਜਿਹੜਾ ਐਸਬਡੇ ਇੰਨੇ ਕੰਟਰੈਕਟ ਫਾਰਮਿੰਗ 'ਚ ਲਾਖਾ ਖੜਾ ਕੀਤਾ ਉਹਦੇ ਵਿੱਚ ਬਹੁਤ ਵਿੰਡੋਜ਼ ਨੇ ਜਿਨ੍ਹਾਂ ਆਪਾਂ ਕਹਿੰਦੇ ਪੰਜਾਬੀ 'ਚ ਬਹੁਤ ਚੋਰ ਮੋਰੀਆਂ ਨੇ ਜਿੱਥੋਂ ਦੀ ਉਹ ਮੋਰੀ ਤੋਂ ਨਿਕਲ ਕੇ ਤੁਹਾਡੇ ਕਿਸਾਨ ਵੀ ਮਤਲਬ ਕਿ ਖਤਮ ਕਰ ਸਕਦਾ ਉਹਦੀ ਕਹਾਣ ਕਰ ਸਕਦਾ ਉਹਨੂੰ ਕੋਈ ਸ਼ੋਰਟੀ ਨਹੀਂ ਹੈ ਵੀ ਉਹਦੀ ਫਸਲ ਨੂੰ ਉਹਨਾਂ ਮੁੱਲ ਮਿਲਣਾ ਕਿ ਨਹੀਂ ਮਿਲਣਾ ਉਹ ਕਹਿੰਦੇ ਕੁਆਲਿਟੀ ਦੇਖਾਂਗੇ ਵੀ ਕੁਆਲਿਟੀ ਤੁਸੀਂ ਜੇ ਸਾਰਾ ਕੁਝ ਆਪਣੀ ਮਰਜ਼ੀ ਦਾ ਕਰਵਾ ਰਹੇ ਹੋ ਤਾਂ ਰਿਸਪੌਂਸਿਬਿਲਟੀ ਤੁਹਾਡੀ ਹੈ ਕੁਆਲਿਟੀ ਮੇਨਟੇਨ ਕਰਨਾ ਤੂੰ ਆਪਣੇ ਗਦਾਉਨ ਬਣਾਓ ਉਹਨੂੰ ਲੋਡ ਵੇਲੇ ਚੱਕ ਕੇ ਗਦਾਉਨ ਸੰਭਾਲੋ ਜੇ ਉਹਨੂੰ ਸਮੇਂ ਸਿਰ ਉਹਦੀ ਫਸਲ ਨਾ ਚੱਕੀ ਉਪਰੋਂ ਮੀਂਹ ਪੈ ਗਿਆ ਮੁੜ ਕੇ ਕਹਿਣ ਦਾਣੇ ਕਾਲੇ ਹੋ ਗਏ ਹੁਣ ਉਹ ਕਿਸਾਨ ਕਿੱਥੇ ਜਾਊਗਾ ਮਤਲਬ ਕਿ ਉਹ ਵਿੱਚ ਕੋਈ ਇਹੋ ਜਿਹਾ ਸਿਸਟਮ ਨਹੀਂ ਡਿਵੈਲਪ ਕੀਤਾ ਜਿੱਥੇ ਉਹ ਵਪਾਰੀ ਉਹ ਫਸਲ ਦੀ ਇਨਸ਼ੋਰੈਂਸ ਕਰਾ ਕੇ ਚੱਲੇ ਭਾਵੇਂ ਉਹਨੂੰ ਉਹ ਕੰਟਰੈਕਟ ਫਾਰਮ 'ਚ ਉਹਦਾ ਪੈਸਾ ਪਾ ਲਵੇ ਵੀ ਭਾਈ ਤੇਰੀ ਇਨਸ਼ੋਰੈਂਸ ਹੋਈ ਹੈ ਤੈਨੂੰ ਇੰਨੇ ਪੈਸੇ ਘੱਟ ਮਿਲਣਗੇ ਕਿਉਂਕਿ ਇਨਸ਼ੋਰਡ ਹੈ ਮੈਂ ਮੈਂ ਨਹੀਂ ਕਹਿੰਦਾ ਵਪਾਰੀ ਦੇ ਸਿਰ ਤੇ ਸਾਰਾ ਭਾਰ ਪਵੇ ਪਰ ਕਿਸਾਨ ਜਿਹੜਾ ਕਿ ਇੰਨੀ ਮਿਹਨਤ ਕਰ ਰਿਹਾ ਉਹਨੂੰ ਸਿਕਿਉਰਿਟੀ ਤਾਂ ਹੋਵੇ ਰੇ ਮੈਂ ਇਸ ਵਪਾਰੀ ਦੀ ਬੀਜ ਨਹੀਂ ਮੈਨੂੰ ਉਹਨੇ ਪੈਸੇ ਮਿਲ ਜਾਣੇ ਨੇ ਇਹਨੇ ਚੱਕ ਲੈਣੀ ਆ ਜੇ ਨਾ ਚੱਕੀ ਤਾਂ ਇਹਦੀ ਸਿਰਦਰਦੀ ਆ ਕਿਉਂ ਨਾ ਚੱਕੀ ਹੁਣ ਕਿਸਾਨ ਕੋਲੇ ਗਦਾਵਨ ਥੋੜਾ ਨੇ 6 ਮਹੀਨੇ ਉਹ ਕਰਦਾ ਜਾ ਕੇ ਫਸਲ ਪਾੜਦਾ ਮੁੜ ਕੇ ਉਹ ਵਪਾਰੀ 10 ਦਿਨ ਚੱਕੇ ਨਾਲ ਉੱਪਰੋਂ ਮੀਂਹ ਪੈ ਜਾਏ ਮਤਲਬ ਕਿ ਇਹੋ ਜੀਆਂ ਉਹਦੇ ਚ ਕਿੜਕੀਆਂ ਰੱਖੀਆਂ ਹੋਈਆਂ ਨੇ ਜਿੱਥੇ ਵਪਾਰੀ ਦੀ ਮਰਜ਼ੀ ਹੈ ਕਿਸਾਨ ਦੀ ਮਰਜ਼ੀ ਨਹੀਂ ਕੰਟਰੈਕਟ ਫਾਰਮਿੰਗ ਗਲਤ ਨਹੀਂ ਹੈ ਸਾਰੀ ਦੁਨੀਆ 'ਚ ਹੁੰਦੀ ਆ ਹੋਣੀ ਚ ਤਾਂ ਇਹ ਸੰਭਵ ਹੈ ਜੇ ਜਿਹੜੇ ਇਮਾਨਦਾਰ ਵਪਾਰੀ ਬਾਜ਼ਾਰ ਵਿੱਚ ਆ ਕੇ ਕੰਟਰੈਕਟ ਫਾਰਮਿੰਗ ਕਰਵਾਉਣ ਤੇ ਕਿਸਾਨ ਦੀ ਜਿਹੜੀ ਸਿਕਿਉਰਿਟੀ ਹੈ ਉਹ ਕਾਨੂੰਨ ਚ ਨਿਸ਼ਚਿਤ ਕੀਤੀ ਜਾਵੇ ਜਿਹੜੀ ਕਿ ਇਹ ਮੌਜੂਦਾ ਕਾਨੂੰਨ ਦੇ ਵਿੱਚ ਨਿਸ਼ਚਿਤ ਨਹੀਂ ਹੋਈ ਹੋ। ਅੱਛਾ ਇੱਕ ਤੇ ਇਹ ਹੋ ਗਿਆ ਲੇਕਿਨ ਬਿਫੋਰ ਆਈ ਮੂਵ ਔਨ ਮੇਰਾ ਖਿਆਲ ਹੈ ਕਿ ਮੈਨੂੰ ਥੋੜਾ ਜਿਹਾ ਦੂਸਰੇ ਭਾਈਆਂ ਕੋਲ ਪੁੱਛ ਕੇ ਕਿ ਡਾਕਟਰ ਸਾਹਿਬ ਤੁਸੀਂ ਥੋੜਾ ਜਿਹਾ ਮਨਵਾ ਵੀ ਦੱਸ ਦਿਓ ਕਿ ਤੁਸੀਂ ਜਿਹੜਾ ਐਵਾਰਡ ਤੁਹਾਨੂੰ ਮਿਲ ਰਿਹਾ ਸੀ ਉਹ ਤੁਸੀਂ ਕਿਉਂ ਵਾਪਸ ਕੀਤਾ? ਦੇਖੋ ਜੀ ਅਵਾਰਡ ਮਿਲਣ ਦੇ ਵਾਪਸ ਕਰਨ ਦੀ ਕਹਾਣੀ ਤਾਂ ਹੁਣ ਪ੍ਰਤਾਖੀ ਹੈਗੀ ਹੈ ਮੇਰਾ ਮੇਰਾ ਸਰਕਾਰ ਨਾਲ ਦਾ ਕੋਈ ਮਨਮਟਾਓ ਹੈ ਨਹੀਂ ਤਾਂ ਮੈਂ ਸਟੇਜ ਤੇ ਖੜ ਕੇ ਸਾਡੀ ਮੰਗ ਜੋ ਕੈਬਨਿਟ ਮੰਤਰੀ ਨੂੰ ਕਿਹਾ ਸੀ ਮੇਰੀ ਤੁਹਾਡੇ ਨਾਲ ਪਰਸਨਲ ਕੋਈ ਇਹੋ ਜੀ ਗੱਲਬਾਤ ਨਹੀਂ ਨਾ ਮੇਰੀ ਸਰਕਾਰ ਨਾਲ ਹੈ ਨਾ ਤੁਸੀਂ ਕਦੀ ਸਰਕਾਰ ਨੇ ਮੈਨੂੰ ਤੰਗ ਕੀਤਾ ਤੇ ਨਾ ਮੈਂ ਤੁਹਾਨੂੰ ਤੰਗ ਕੀਤਾ ਸਾਡੀ ਤੁਹਾਡੇ ਨਾਲ ਪਰਸਨਲ ਕੋਈ ਰੰਜਿਸ਼ ਨਹੀਂ ਮੇਰੀ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਮੈਨੂੰ ਤਾਂ ਆਪਣੇ ਜ਼ਿਲ੍ਹੇ ਦੇ ਐਮ.ਐਲ.ਏ ਬਾਰੇ ਨਹੀਂ ਪਤਾ ਹੋਣਾ ਨਾ ਮੈਨੂੰ ਕਦੀ ਮਿਲਿਆ ਹੋਊਗਾ ਟਾਈਮ ਨਹੀਂ ਮਿਲਦਾ ਆਪਣੀ ਲੈਬਾਰਟਰੀ 'ਚ ਕੰਮ ਕਰੀਦਾ ਖੇਤਾਂ 'ਚ ਕੰਮ ਕਰੀਦਾ ਆ ਕੇ ਸੌਂ ਜਾਈਦਾ ਫੇਰ ਉੱਠ ਕੇ ਫੇਰ ਲੈਬਾਰਟਰੀ ਜਾ ਵੜੀਦਾ ਕਦੀ ਮਿਲਣ ਤੱਕ ਦਾ ਜਾਂ ਸੋਚਣ ਦਾ ਕਦੀ ਲੋੜ ਵੀ ਨਹੀਂ ਪਈ ਉਹਨਾਂ ਕੋਲ ਜਾਈਏ ਸੋ ਵੀ ਮੈਂ ਉਹਨਾਂ ਨੂੰ ਉੱਥੇ ਵੀ ਇਹੀ ਗੱਲ ਕਹੀ ਸੀ ਵੀ ਤੁਸੀਂ ਦੇਖੋ ਮੈਂ ਆਪਣੇ ਦੇਸ਼ ਤੇ ਕਿਸਾਨਾਂ ਲਈ ਕੰਮ ਕੀਤਾ ਹੈ ਹੈਨਾ ਆਪਣੀ ਦੇਸ਼ ਦੀ ਸਰਕਾਰ ਲਈ ਕੰਮ ਕੀਤਾ ਹੈ ਇੰਡੀਆ ਲਈ ਕੰਮ ਕੀਤਾ ਹੈ ਤੇ ਹੁਣ ਜੇ ਇੰਡੀਅਨਸ ਹੀ ਤੁਹਾਡੇ ਕੋਲੋਂ ਖੁਸ਼ ਨਹੀਂ ਤੇ ਮੈਂ ਤੁਹਾਡੇ ਹੱਥੋਂ ਸਨਮਾਨ ਲੈ ਲਮਾ ਮੈਂ ਵਕੈਦਾ ਨਾਲ ਲਿਖ ਕੇ ਦਿੰਦਾ ਮੈਂ ਗਵਰਨਮੈਂਟ ਆਫ ਇੰਡੀਆ ਦੇ ਕਿਸੇ ਅਹੁਦੇਦਾਰ ਤੋਂ ਸਨਮਾਨ ਨਹੀਂ ਲੈਣਾ ਮੈਂ ਕਿਸੇ ਹੋਰ ਤੋਂ ਭਾਵੇਂ ਲੈ ਲਵਾਂ ਬਟ ਮੈਂ ਤੁਹਾਡੇ ਕੋਲੋਂ ਨਹੀਂ ਲੈਣਾ ਚਾਹੁੰਦਾ ਹੁਣ ਤੁਸੀਂ ਇੰਡੀਆ ਦੇ ਕੈਬਨਿਟ ਮਨਿਸਟਰਾਂ ਤੇ ਮੈਂ ਤੁਹਾਡੇ ਹੱਥੋਂ ਸਨਮਾਨ ਲੈ ਰਿਹਾ ਥੈਟ ਮੀਨਸ ਮੈਂ ਇੰਡਾਇਰੈਕਟਲੀ ਤੁਹਾਨੂੰ ਤੁਹਾਨੂੰ ਜੋ ਐਸ ਬੜੇ ਛੇ ਮਹੀਨਾ ਮੇਰਾ ਕਿਸਾਨ ਆ ਮੈਂ ਤੁਹਾਨੂੰ ਸਪੋਰਟ ਕਰ ਰਿਹਾ ਤੇ ਮੈਂ ਭਾਰ ਦਾ ਗਦਾਰ ਬਣਦਾ ਜੇ ਮੈਂ ਭਾਰਤ ਨਾਲ ਗੈਦਾਰੀ ਨਹੀਂ ਕਰ ਸਕਦਾ ਮੈਂ ਆਪਣੀ ਲੈਟਰ ਚ ਮਾਨਯੋਗ ਪ੍ਰਾਈਮ ਮਿਨਿਸਟਰ ਨੂੰ ਲਿਖ ਕੇ ਦੱਸਦਾ ਵੀ ਮੈਂ ਮੈਂ ਗੈਦਾਰੀ ਨਹੀਂ ਕਰ ਸਕਦਾ ਇੰਡੀਆ ਦੇ ਨਾਲ ਮੈਂ ਇੱਕ ਇੰਡੀਅਨ ਹਾਂ ਮੈਂ ਇੱਕ ਕਿਸਾਨ ਦੇ ਲਈ ਕੰਮ ਕਰਦਾ ਮੇਰਾ ਕਲਾਇੰਟ ਹੀ ਖੁਸ਼ ਨਹੀਂ ਮੇਰਾ ਕਿਸਾਨ ਹੀ ਖੁਸ਼ ਨਹੀਂ ਤੇ ਮੈਂ ਇਹ ਸਨਮਾਨ ਨੂੰ ਸਿਰ ਚ ਮਾਰਨਾ ਇਹ ਲੱਖਾਂ ਰੁਪਏ ਦੇ ਦਮੜੇ ਇਹ ਤਾਂ ਹੈ ਹੀ ਸਾਡੇ ਵਾਸਤੇ ਕੁਝ ਨਹੀਂ ਹੈਗੇ ਸਾਨੂੰ ਤਾਂ ਸਾਡੀ ਪਬਲਿਕ ਸਾਡੀ ਸਭਿਤਾ ਸਾਡਾ ਵਿਰਸਾ ਚਾਹੀਦਾ ਹੈ ਸੋ ਮੈਂ ਆਪਣਾ ਕਲੀਅਰਲੀ ਪ੍ਰਾਈਮ ਮਿਨਿਸਟਰ ਨੂੰ ਲਿਖ ਕੇ ਨਾ ਕੀਤੀ ਹੈ ਕਿ ਮੈਂ ਇਸ ਕਾਰਨ ਕਰਕੇ ਇਹ ਇਨਾਮ ਨਹੀਂ ਲੈਣਾ ਚਾਹੁੰਦਾ ਬੜੀ ਗੱਲ ਹੈ ਬੜੀ ਗੱਲ ਹੈ ਡਾਕਟਰ ਸਾਹਿਬ ਹੈਟਸ ਆਫ ਟੂ ਯੂ ਵਾਂਸ ਅਗੇਨ ਕਿਰਪਾਲ ਬਾਜੀ ਬਰੀਫਲੀ ਐਸ ਦੋ ਕਿ ਹੁਣ ਜਿਹੜੀ ਸੂਰਤ ਹਾਲ ਨਜ਼ਰ ਆ ਰਹੀ ਹੈ ਸਿਚੁਏਸ਼ਨ ਦੇਖੋ ਪਹਿਲੇ ਅਗਰ ਹਿਸਟਰੀ ਤੁਸੀਂ ਦੇਖਨੇ ਆ ਤੇ ਪਹਿਲੇ ਅੰਗਰੇਜ਼ ਨੇ ਪੰਜਾਬ ਨੂੰ ਤਬਾਹ ਕੀਤਾ ਔਰ ਕਾਫੀ ਹੱਤਾ ਕੀਤਾ ਹੁਣ ਆ ਕੇ ਅਸੀਂ ਦੇਖ ਰਹੇ ਹਾਂ ਕਿ ਆਪਣੀ ਹਕੂਮਤ ਜਿਹੜੀ ਹੈ ਮੋਦੀ ਹਕੂਮਤ ਉਹ ਕਰ ਰਹੀ ਹੈ ਪੂਰੀ ਦੀ ਪੂਰੀ ਐਗਰੀਕਲਚਰ ਸੈਕਟਰ ਨੂੰ ਤੁਸੀਂ ਕੀ ਵੇਖ ਰਹੇ ਹੋ ਕਿ ਇਹਦਾ ਕੀ ਐਂਡ ਕੀ ਹੋਏਗਾ ਐਂਡ ਗੇਮ ਕੀ ਨਜ਼ਰ ਆ ਰਹੀ ਹੈ ਤੁਹਾਨੂੰ ਦੇਖੋ ਇਸਰਾਰ ਜੀ ਇਹਦੀ ਐਂਡ ਗੇਮ ਤਾਂ ਜੇ ਮਤਲਬ ਇਨੀ ਨਲਾਇਕਤਾ ਦੇ ਨਾਲ ਇਹ ਇਹ ਜੋ ਕਰ ਰਿਹਾ ਹੈ ਜੇ ਕਰੀ ਜਾਂਦੇ ਆ ਜੇ ਕੰਟੀਨਿਊ ਰੱਖਦੇ ਆ ਤੇ ਕੇਆ ਉਸੇ ਹੀ ਹੋਣਾ ਇਹਦਾ ਦੈਟਸ ਆ ਫਾਈਨਲ ਰਿਜ਼ਲਟ ਤੇ ਜਿੱਥੇ ਤਾਂ ਅਦਰਿੰਗ ਦੀ ਜਿਹੜਾ ਆਪਾਂ ਇਸ਼ੂ ਲੈਂਦਾ ਸੀ ਉਹਦੇ ਵਿੱਚ ਤਾਂ ਇਹ ਕਮਾਲ ਹੀ ਕਰ ਰਿਹਾ ਹੈ ਮਤਲਬ ਕਟੋ-ਕਟ ਉਹਨਾਂ ਦੇ ਵੈਂਟੇਜ ਪੁਆਇੰਟ ਦੇ ਉੱਤੋਂ ਜਿਹੜੀ ਕਾਈਂਡ ਆਫ ਕਮੀਨਗੀ ਉਹਨੇ ਸ਼ੁਰੂ ਕਰ ਲਈ ਆ ਉਹ ਕਮੀਨਗੀ ਜਿਹੜੀ ਆ ਉਹ ਕੰਟਰੀ ਨੂੰ ਡਿਵਾਈਡ ਕਰੂਗੀ ਕੰਟਰੀ ਦਾ ਨੁਕਸਾਨ ਕਰੂਗੀ ਜਿਸ ਤਰ੍ਹਾਂ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਮਾੜਾ ਜਿਹਾ ਐਪੀਸੋਡ ਦੱਸਿਆ ਕਿ ਪਰਸੋਂ ਨੂੰ ਨਨਕਾਣਾ ਸਾਹਿਬ ਸਾਕਾ ਜਿਹੜਾ ਹੈ ਉਹਦੀ ਐਨੀਵਰਸਰੀ ਆ ਉਹਦੇ ਵਾਸਤੇ ਇਸ ਵੇਲੇ ਪੰਜਾਬ ਤੋਂ ਜਥੇ ਨੇ ਜਾਣਾ ਸੀ ਔਰ ਇਹ ਸਭ ਕੁਝ ਅਪਰੂਵਡ ਆ ਅਕਾਲ ਤਖਤ ਦੇ ਜ세ਦਾ ਸਾਹਿਬ ਨੇ ਲੀਡ ਕਰਨਾ ਸੀ ਪੰਜਾਬ ਦੇ ਵਿੱਚੋਂ ਸਿੱਖਾਂ ਨੇ ਜਾਣਾ ਸੀ ਨਨਕਾਣਾ ਸਾਹਿਬ ਉਹ ਔਰ ਉਹ ਸਾਲ 100 ਸਾਲ ਬਾਅਦ ਉਹ ਐਨੀਵਰਸਰੀ ਆਉਂਦੀ ਹੈ ਜਿਹੜੀ ਕਿ ਪਰਸੋਂ ਨੂੰ ਔਰ ਜਿੰਨੇ ਬੰਦਿਆਂ ਨੇ ਉਹ ਜਥੇ ਦੇ ਵਿੱਚ ਜਾਣਾ ਸੀ ਉਹਨਾਂ ਦੇ ਸਾਰੇ ਵੀਜ਼ੇ ਅਪਰੂਵਡ ਆ ਉਹਨਾਂ ਦੇ ਸਟੈਂਪਾ ਲੱਗੇ ਆ ਸਭ ਕੁਝ ਕੱਲ ਉਨੀ ਆਰਡਰ ਕੱਢ ਦਿੱਤਾ ਜਿਕੇ ਕੋਰੋਨਾ ਕਰਕੇ 20 ਤਰੀਕ ਤੋਂ ਬਾਅਦ ਕੋਈ ਪਾਕਿਸਤਾਨ ਆ ਜਾ ਨਹੀਂ ਸਕਦਾ ਇਹ ਜਿੰਨਾ ਚਿਰ ਇਦਾਂ ਦੀ ਨਿਆਣਿਆਂ ਵਾਲਿਆ ਢੇਡੜ ਕਿਲੇ ਦੇ ਨਾ ਜੀ ਇਹ ਮੈਂ ਇਹਨੂੰ ਢੜਢਿਕੇ ਕਹੂੰਗਾ ਕਿ ਉਹਨਾਂ ਨੇ ਇਹ ਨੌਲੇਜ ਉਹਨਾਂ ਦੀ ਹੋਣ ਦੇ ਬਾਵਜੂਦ ਉਹਨਾਂ ਨੇ ਇਹ ਕੰਮ ਕੀਤਾ ਤੇ ਇਹ ਜਿਹੜਾ ਕੰਮ ਘੜਾਪਣ ਵਾਲੀ ਗੱਲ ਕਿ ਉਹਨਾਂ ਤੋਂ ਇਹ ਟਾਇਲਟ ਨਹੀਂ ਹੋ ਰਿਹਾ ਉਹ ਸੋਚਦਾ ਕਿ ਸਿੱਕਾ ਨੂੰ ਅਸੀਂ ਇਦਾਂ ਦੀਆਂ ਗੱਲਾਂ ਕਰੀਏ ਜਿਦਾਂ ਨਾ ਕਿ ਇਹ ਪੜਤ ਪੈਣ ਹਾਲ ਦੀ ਘੜੀ ਮੰਨ ਲਓ ਕੋਈ ਨਹੀਂ ਪੜਤ ਰਿਹਾ ਬੜੇ ਪਰ ਆਲਟੀਮੇਟਲੀ ਜੇ ਇਦਾਂ ਹੀ ਇਲਤਾਂ ਕਰਦੇ ਰਹੇ ਇਸ ਤਰ੍ਹਾਂ ਜੇ ਸਾਰੀ ਕੰਟੀਨਿਊ ਡਿਵਾਈਡ ਕਰਕੇ ਵੰਡ ਜਾਣਗੇ ਉਹਦਾ ਪ੍ਰੋਬਲਮ ਇਹ ਰਹੇਂਦੀ ਕਿ ਚਾਹੇ ਫਿਰ ਪਾਕਿਸਤਾਨੇ ਚ ਕੋਈ ਵੀ ਆਲੇ ਦੁਆਲੇ ਦੀ ਕੰਟੀਨਿਊ ਜਿਸ ਲਈ ਕੇਆਓ ਸ਼ੁਰੂ ਹੋ ਜਾਂਦਾ ਨੇ ਉਸ ਵੇਲੇ ਕੇਆਓ ਤੋਂ ਬਾਅਦ ਫਿਰ ਤੁਹਾਨੂੰ ਪਤਾ ਨਹੀਂ ਕੀ ਕੀ ਹੋਣਾ ਉਸ ਵੇਲੇ ਕਿਹੜੀ ਵਿਜਨ ਹੁੰਦੀ ਹੈ ਮੈਂ ਅੱਗੇ ਵੀ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਜੇ ਸੋਵੀਅਤ ਯੂਨੀਅਨ 15 ਮਿੰਟਾਂ ਦੇ ਵਿੱਚ ਡਾਊਨਫਾਲੋ ਦਾ ਹੋ ਸਕਦਾ ਨਾ ਤਾਂ ਇੰਡੀਆ ਕੋਈ ਐਡੀ ਖਾਸ ਚੀਜ਼ ਨਹੀਂ ਪਏ ਇੱਥੇ ਨਹੀਂ ਹੋ ਸਕਦਾ ਇੱਥੇ ਜਿਹੜੀਆਂ ਡਿਵੈਸਿਵ ਫੋਰਸਸ ਹੈਗੀਆਂ ਆ ਉਦਾਂ ਨੂੰ ਜੇ ਇਹ ਅਨਕਰਜ ਕਰਨਗੇ ਔਰ ਅਦਰਿੰਗ ਅਲੇ ਇਸ਼ੂ ਹੁਣ ਐਸੇ ਲਈ ਕਿਸਾਨਾਂ ਨੂੰ ਜਿਹੜੀ ਐ ਏਟੀਟਿਊਡ ਜਿਹੜਾ ਉਹਨਾਂ ਕਿਸਾਨਾਂ ਵੱਲ ਲਿਆ ਆ ਪਈ ਇਹਨਾਂ ਨੂੰ ਕੀੜੇ ਮਕੌੜੇ ਇਹਨਾਂ ਨੂੰ ਅਸੀਂ ਕੁਐਸ਼ਨ ਕਰੀਏ ਆਲਟੀਮੇਟਲੀ ਫੇ ਕੈਓਸ ਹੀ ਹੋਊਗਾ ਕੈਓਸ ਹੋਊਗਾ ਹਾਂਜੀ ਉਹ ਜਿਹੜਾ ਵਰਲਡ ਕਰਦਾ ਤਾਂ ਇੰਡੀਆ ਵਿਲ ਹੈਵ ਟੂ ਥਿੰਕ ਲਿਲ ਡਿਫਰੈਂਟਲੀ ਤੇ ਉਹਨਾਂ ਨੂੰ ਦੇਖਣਾ ਪਊਗਾ ਵੀ ਅਸੀਂ ਸਾਰੇ ਇਕੱਠੇ ਆ ਜੇ ਤਾਂ ਇਕੱਠੇ ਰਹਿਣਗੇ ਇੱਕ ਦੇਖੋ ਹੁਣ ਜੇ ਪਾਕਿਸਤਾਨ ਵਾਸਤੇ ਜਿੱਥੇ ਤਾਈ ਬਾਰਡਰ ਨਾਲ ਇਹ ਸਾਰਾ ਬਾਰਡਰ ਅੱਛਾ ਤੁਸੀਂ ਮੈਨੂੰ ਦੱਸੋ ਕਿ ਜਿਸ ਤਰ੍ਹਾਂ ਦਾ ਐਟੀਟਿਊਡਸ ਪਾਕਿਸਤਾਨ ਤੋਂ ਪੰਜਾਬੀਆਂ ਨੂੰ ਮਿਲ ਰਿਹਾ ਸਿੱਖਾਂ ਨੂੰ ਖਾਸ ਕਰ ਤੇ ਜਿਸ ਤਰ੍ਹਾਂ ਮਤਲਬ ਜੇ ਉਧਰਲੇ ਇਧਰੋਂ ਤਾਂ ਉਹਨਾਂ ਨੂੰ ਜਿਸ ਤਰ੍ਹਾਂ ਦਾ ਪਿਆਰ ਮਿਲ ਰਿਹਾ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਇਹ ਜਿਹੜਾ ਬਾਗਾ ਬਾਰਡਰ ਜਿਹੜਾ ਫਾਰ ਐਗਜ਼ਾਮਪਲ ਜਿਹੜੇ ਇਹਨਾਂ ਨੇ ਬੰਦ ਕੀਤੇ ਹੋਆ ਕਾਦੇ ਵਾਸਤੇ ਉਹ ਇਸੇ ਕਰਕੇ ਕਿ ਉਹ ਇਹਨਾਂ ਨੂੰ ਸੈਪਰੇਟ ਰੱਖਣ ਦੀ ਕੋਸ਼ਿਸ਼ ਕਰ ਰਹਾ ਹੈ ਇਹ ਮੈਂ ਕਮਿਊਨਿਟੀ ਵਾਲੀ ਗੱਲ ਕਹਿਣਾ ਇੱਕ ਬਿਲਕੁਲ ਕਮਿਊਨਿਟੀ ਵਾਲੀ ਗੱਲ ਆ ਉਹਨੂੰ ਖੋਲਿਆ ਜਾਵੇ ਔਰ ਇੰਟਰਸਟਿੰਗ ਗੱਲ ਇਹਦੇ ਵਿੱਚ ਇਹ ਆ ਕਿ ਉਹ ਇੰਡੀਆ ਨੂੰ ਦੱਸ ਰਿਹਾ ਵੀ ਅਸੀਂ ਜੀ ਪਾਕਿਸਤਾਨ ਨਾਲ ਬਿਜ਼ਨਸ ਨਹੀਂ ਕਰਨਾ ਔਰ ਸਾਰਾ ਗੁਜਰਾਤ ਦਾ ਬਿਜ਼ਨਸ ਬਿਲੀਅਨਸ ਆਫ ਡਾਲਰਸ ਦੇ ਵਿੱਚ ਪਾਕਿਸਤਾਨ ਹੋ ਰਿਹਾ ਔਰ ਹੋ ਰਿਹਾ ਹੈ ਕਰਾਚੀ ਦੇ ਥਰੂ ਉਧਰੋਂ ਜਿਹੜੀਆਂ ਸਦਰਨ ਪੋਰਟ ਸੇ ਵੇਚਿਆ ਲੇਕਿਨ ਜਿਹੜਾ ਪੰਜਾਬ ਦਾ ਆ ਉਹ ਵਾਗੇ ਬੋਰਡ ਤੋਂ ਇਥੋਂ ਮਤਲਬ ਸਬਜੀ ਦੀ ਪੰਡ ਨਹੀਂ ਜਾਂਦੀ ਸੋਦੀ ਇਹ ਗੱਲ ਠੀਕ ਹੈ ਠੀਕ ਹੈ ਨਾ ਇਹ ਜਿਹੜਾ ਜਿਸ ਲਈ ਇਦਾਂ ਦੀ ਨਿਆਣਿਆਂ ਵਾਲੀ ਇਹ ਨਿਆਣਿਆਂ ਵਾਲੀ ਗੱਲ ਹੈ ਇਹ ਨਿਆਣਿਆਂ ਵਾਲੀ ਗੱਲ ਹੈ ਤੇ ਉਹਨਾਂ ਦਾ ਮਤਲਬ ਜੇ ਇਦਾਂ ਦੇ ਐਟੀਟਿਊਡ ਰੱਖਣਗੇ ਤੇ ਇਹ ਕੰਟੀਨਿਊ ਡਿਵਾਈਡ ਕਰਕੇ ਤਾਂ ਇਹਨੂੰ ਤੋੜਨ ਵੀਰ ਜੀ ਤੋੜਨਾ ਤੋੜਨਾ ਬਹੁਤ ਸੌਖਾ ਹੁੰਦਾ ਹੈ ਜੋੜਨਾ ਔਖਾ ਹੁੰਦਾ ਹੈ ਜੋੜਨਾ ਔਖਾ ਹੁੰਦਾ ਗੱਲ ਤਾਂ ਹੈਗੀ ਕਿ ਸਾਰਿਆਂ ਨੂੰ ਜੋੜਨ ਵਾਲੀ ਗੱਲ ਕਿਸ ਤਰ੍ਹਾਂ ਕਰਨੀ ਹੈ ਹੁਣ ਇੱਥੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਇਹ ਬਾਰਡਰ ਹੈਗਾ ਆ ਕਿਸੇ ਨੂੰ ਪਤਾ ਵੀ ਨਹੀਂ ਜਦੋਂ ਮਰਜ਼ੀ ਚੱਲ ਜਾਓ ਜਦੋਂ ਮਰਜ਼ੀ ਆ ਜਾਓ ਤਸੋ ਅਮਰੀਕਾ ਵਾਲਿਆਂ ਨੇ ਕੈਨੇਡਾ ਵਾਲਿਆਂ ਦਾ ਕੀ ਲਾਗੇ ਲਾਇਆ ਤਾਂ ਕੈਨੇਡਾ ਵਾਲਿਆਂ ਨੇ ਅਮਰੀਕਾ ਵਾਲਿਆਂ ਦਾ ਕੀ ਲਾਗੇ ਲਾਇਆ ਵੈਰੀ ਗੁੱਡ ਔਰ ਦੋਨੋਂ ਹੀ ਪਾਸੇ ਨੂੰ ਇਹ ਬੈਨੀਫਿਟ ਹੈ ਤੇ ਉਥੇ ਉਹਨਾਂ ਨੇ ਖਾਮ ਖਾ ਦਾ ਡਿੱਕਾ ਪਾਇਆ ਬਿਗੈਰ ਗੱਲ ਹੋਵੇ ਚਾਹੇ ਨਾ ਗੱਲ ਹੋਵੇ ਜੀ ਪਾਕਿਸਤਾਨ ਵਾਲਿਆਂ ਨੇ ਪਤਾ ਨਹੀਂ ਕੀ ਕਰਦੇ ਨੇ ਪਾਕਿਸਤਾਨ ਵਾਲਿਆਂ ਨੇ ਕੀ ਕਰਦੇ ਨੇ ਜਾਂ ਇਹ ਜੀ ਸਾਡੇ ਸਿੱਖਾਂ ਨੇ ਆਹ ਕਰਦੇ ਨੇ ਸਿੱਖਾਂ ਨੇ ਆਹ ਕਰਦੇ ਨੇ ਕੀ ਕਰਦੇ ਨੇ ਔਰ ਜੇ ਉਹ ਫਾਰ ਐਗਜ਼ਾਮਪਲ ਉਹਨੂੰ ਓਪਰ ਅਪ ਕਰੋ ਤਾਂ ਇਦਾਂ ਦਾ ਐਟਮੋਸਫੇਅਰ ਜਿਹੜਾ ਕੈਨੇਡਾ ਅਮਰੀਕਾ ਦੇ ਇਨ ਬਿਟਵੀਨ ਹੈਗਾ ਆ ਉਹ ਕਿਉਂ ਨਹੀਂ ਕੀਤਾ ਜਾ ਸਕਦਾ ਉਦਾਂ ਫੜੀ ਸਾਰੇ ਆ ਜਿੱਦਾਂ ਵੀ ਤੁਹਾਡੀ ਟਰੇਡਿੰਗ ਉਹਦੇ ਥਰੂ ਹੋ ਸਕਦੀ ਹੈ ਇਹ ਸਾਰਾ ਜਿਹੜਾ ਰੋਜ਼ ਦਾ ਰੋਲਾ ਪਿਆ ਉਹਦਰ ਉਹ ਪੈਸੇ ਖਰਚਣ ਦਾ ਉਹਦੇ ਸਾਰੇ ਉਹ ਮਿਨੀਮਾਈਜ਼ ਹੋ ਸਕਦੀਆਂ ਗੁਰਮੈਦ ਜੀ ਕਮੇ ਭਾਜੀ ਕੋਲ जरा ਪੁੱਛੋ ਦੀ ਨਾਲ ਕੁਝ ਕਰਨਗੇ ਹਾਂ ਵੈਲ ਭਾਜੀ ਇਹ ਤਾਂ ਫਾਈਨਲ ਕੁਐਸਚਨ ਫਾਈਨਲ ਕੁਐਸਚਨ ਤੁਹਾਡੇ ਤੋਂ ਹੈ ਕਿ ਤੁਸੀਂ ਅਮਰੀਕਾ ਵਿੱਚ ਬੈਠੇ ਹੋਏ ਹੋ ਟਰੰਪ ਸਰਕਾਰ ਜਿਹੜੀ ਸੀ ਉਹਦੇ ਹੁੰਦਿਆਂ ਤੇ ਹੋਰ ਥਲੇ ਹਾਲਾਤ ਸਨ ਲੇਕਿਨ ਬਾਈਡਨ ਦੇ ਆਉਣ ਤੋਂ ਬਾਅਦ ਮੈਂ ਦੇਖ ਰਿਹਾ ਹਾਂ ਕਿ ਕੋਈ ਥੋੜੀ ਜੀ ਇੱਕ ਦੋ ਚੀਜ਼ਾਂ ਉਹਨਾਂ ਨੇ ਚੇਂਜ ਕੀਤੀ ਕਰਵਾਈਆਂ ਰਹਿਣਾਂ ਕੋਲੋਂ ਇਕ ਤਰ੍ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ 4G ਸ਼ੁਰੂ ਕਰਵਾ ਦਿੱਤਾ ਹੈ ਫਾਰਮਰਜ਼ ਦੇ ਨਾਲ ਵੀ ਜਿਹੜਾ ਡੀਲ ਕਰਨ ਦਾ ਇੱਕ ਸਖਤੀ ਅਲਾ ਕੰਮ ਸੀ ਉਹ ਵੀ ਮੈਨੂੰ ਲੱਗਦਾ ਹੈ ਕਿ ਹੁਣ ਨਹੀਂ ਕਰ ਸਕਣਗੇ ਤੁਸੀਂ ਸਮਝਦੇ ਹੋ ਕਿ ਬਾਈਡਨ ਦੇ ਆਉਣ ਨਾਲ ਕੋਈ ਫਰਕ ਪਿਆ ਦੇਖੋ ਜੀ ਬਾਈਡਨ ਹੋਣ ਦਾ ਨੇਚਰਲੀ ਉਹਨਾਂ ਦਾ ਸਟਾਈਲ ਜਿਹੜਾ ਹੈ ਐਡਮਿਨਿਸਟ੍ਰੇਸ਼ਨ ਦਾ ਡਿਫਰੈਂਟ ਹੈ 트럼ਪ ਨਾਲੋਂ ਸੋ lettes see ਪਹਿਲਾਂ ਤਾਂ ਹੁਣ ਅਗੇਨ ਉਹ ਕਮਿਊਨਿਟੀ ਦੀ ਗੱਲ ਤਾਂ ਨਿਆਣੇ ਵਾਲੀ ਗੱਲ ਤੇ ਇਹ ਹੈਰਸ ਦੀ ਭਾਣ ਜੀ ਨਾਲ ਪੰਗਾ ਪਾ ਕੇ ਬਹਿ ਗਿਆ ਗੱਲ ਨਹੀਂ ਬਾਤ ਨਹੀਂ ਜੇ ਮਤਲਬ ਅਕਲ ਤਾਂ ਇੰਨਾ ਘਟਾ ਮਤਲਬ ਜਸਟ ਬਿਯੋਂਡ ਇਮੇਜਿਨੇਸ਼ਨ ਤੇ ਇਹ ਕੀ ਕੰਡਾ ਹੈ ਹੋਰ ਬਿਲਕੁਲ ਬੱਚਿਆਂ ਵਾਲੀਆਂ ਗੱਲਾਂ ਕਰ ਰਿਹਾ ਹੈ ਇਦਾਂ ਤਾਂ ਬੱਚੇ ਵੀ ਨਹੀਂ ਕਰਦੇ ਚਲੋ ਮੈਂ ਜਰਾ ਕਮਨੀਤ ਭਾਜੀ ਕਮਨੀਤ ਭਾਜੀ ਤੁਸੀਂ ਜਰਾ ਇਹਦੇ ਤੇ ਦੱਸੋਗੇ ਤੁਹਾਡੇ ਕੀ opinion ਹੈ ਇਹ ਗੱਲੀ ਜਿਹੜੀ ਗੱਲ ਤੁਸੀਂ ਬਾਈਡਨ ਦੀ ਕਰ ਰਹੇ ਸੀ ਨਾ ਜੀ ਬਾਈਡਨ ਦਾ ਆਈ ਥਿੰਕ ਉਹਦੀ ਜਿਹੜੀ ਟੀਮ ਐਸ ਵੇਲੇ ਉਹਨਾਂ ਦੇ ਇੱਕ ਤੇ ਕਾਫੀ ਦਰਜਨ ਤੋਂ ਉੱਤੇ ਜਿੰਨੂੰ ਮੈਂ ਕਹਿੰਨਾ ਇੰਡੀਅਨ ਅਮਰੀਕਨ ਹਿੰਦੂ ਅਮਰੀਕਨ ਏਸ ਤੇ ਕਈ ਰੈਪ੍ਰੀਜ਼ੈਂਟਿਵ ਚਾਗੇ ਨੇ ਅੱਛਾ ਉਹ ਸਾਰੇ ਤੇ ਨਹੀਂ ਹੈਗੇ ਰਾਈਟ ਵਿੰਗ ਬਟ ਕੁਝ ਉਹਨਾਂ ਚ ਰਾਈਟ ਵਿੰਗ ਜਿਹੜੇ ਉਹਨਾਂ ਨੇ ਕੱਢੇ ਵੀ ਨੇ ਕੁਝ ਹੋ ਸਕਦੇ ਨੇ ਇਹ ਪੱਕਾ ਨਹੀਂ ਪਤਾ ਪਰ ਹੈ ਦੇਸੀ ਨੇ ਸੋ ਉਹਨਾਂ ਦਾ ਪ੍ਰਭਾਵ ਜ਼ਰੂਰ ਪੈਂਦਾ ਕਿਉਂਕਿ ਜਿਹੜੀ ਸਟੇਟਮੈਂਟ ਬਾਈਡਨ ਹੋਰਾਂ ਨੇ ਕੱਢੀ ਸੀ ਫਾਰਮਰਸ ਦੇ ਇਸ਼ੂ ਦੇ ਉੱਤੇ ਦੈਟ ਇਜ਼ ਵੈਰੀ ਸੌਫਟ ਤੇ ਉਹਨਾਂ ਨੇ ਜਿਹੜੇ ਅੰਬੈਸਡਰ ਥਾਣੀ ਸਟੇਟਮੈਂਟ ਕੱਢੀ ਸੀ ਕਿ ਵੀ ਤੁਸੀਂ ਅਨਿਆਂ ਨਾ ਕਰੋ ਬਟ ਬਹਿ ਕੇ ਗੱਲਬਾਤ ਕਰ ਲਓ ਅੱਛਾ ਉਹਦੀ ਰੀਜ਼ਨ ਕੀ ਹੈ ਕਿ ਹਿਊਮਨ ਰਾਈਟ ਇਸ਼ੂਜ਼ ਟੂ ਅ ਕੰਟਰੀ ਲਾਈਕ ਅਮਰੀਕਾ ਕੈਨੇਡਾ ਇਜ਼ ਅ ਵੈਰੀ ਸੈਂਸਿਟਿਵ ਇਸ਼ੂ ਜਿਹਦੇ ਉੱਤੇ ਪਹਿਰਾ ਦੇਣਾ ਚਾਹੁੰਦੇ ਨੇ ਘੱਟੋ ਘੱਟ ਕਰਨ ਨਾ ਕਰਨ ਬਟ ਪਰਸੈਪਸ਼ਨ ਇਜ਼ ਕਿ ਪਹਿਰਾ ਦੇਣਾ ਚਾਹੁੰਦੇ ਨੇ ਤੇ ਕਿਉਂਕਿ ਫ੍ਰੀ ਕੰਟਰੀ ਹੈ ਪਰ ਦੂਜੇ ਬਨੇ ਜਿਹੜੇ ਕੈਪਿਟਲਿਸਟ ਫ੍ਰੀ ਸੋਸਾਇਟੀ ਦਾ ਕੈਪਿਟਲਿਜ਼ਮ ਜਿਹੜਾ ਯੂ نو ਵਨ ਐਕਸਟ੍ਰੀਮ ਜਿਹੜੀ ਅਮਰੀਕਾ ਹੈਗੀ ਹੈ ਉਹਦੇ ਵਾਸਤੇ ਜੋ ਇਸ ਵੇਲੇ ਉੱਥੇ ਇੰਡੀਅਨ ਗਵਰਨਮੈਂਟ ਕਰ ਰਹੀ ਹੈ ਜਿਹਦੇ ਪਾਸੇ ਜਾ ਰਹੀ ਹੈ ਉਹ ਇਹਨਾਂ ਨੂੰ ਬਿਲਕੁਲ ਫਿੱਟ ਪੈਂਦੀ ਹੈ ਕਿਉਂ ਕਿਉਂਕਿ ਦੇ ਹੈਵ ਅ ਮਾਰਕੀਟ ਆਫ ਯੂ نو ਹਿਊਜ ਇੰਡਸਟਰੀ ਉੱਥੇ ਜੇ ਇਸ ਇੰਡੀ ਵੱਡੀ ਸਲੇਵ ਟਾਈਪ ਆਫ ਇਨਸਲੇਵਡ ਲੇਬਰ ਆ ਗਈ ਜਿਹੜੀ ਕਾਰਪੋਰੇਟ ਫਾਰਮਿੰਗ ਚ ਆ ਗਈ ਤੇ ਉਹ ਕੰਜ਼ਿਊਮਰ ਪ੍ਰੋਡਕਟਸ ਵਗੈਰਾ ਸਸਤੀਆਂ ਮਿਲਦੀਆਂ ਰਹਿਣਗੀਆਂ ਅਮਰੀਕਾ ਨੂੰ ਟੂ ਰੀਸਾਈਕਲ ਹਾਊ ਆਰ ਦੇ ਵਾਂਟ ਸੋ ਉਹਦੇ ਵਾਸਤੇ ਇਹਨਾਂ ਨੂੰ ਫਿੱਟ ਪੈਂਦੀ ਹੈ ਸੋ ਇਟਸ ਅ ਲਿਟਲ ਲੋਡਡ ਦ ਹੋਲ ਇਸ਼ੂ ਤੇ ਇਹਨਾਂ ਨੂੰ ਅਮਰੀਕਨ ਗਵਰਨਮੈਂਟ ਉੱਤੇ ਵੀ ਜਿਹੜੇ ਸੈਂਸਿਬਲ ਬੰਦੇ ਨੇ ਜਿਹੜੇ ਇੰਡੀਅਨ ਡਾਇਸਪੋਰਾ ਵਾਲੇ ਬੰਦੇ ਨੇ ਚਾਹੇ ਕੋਈ ਵੀ ਸਿੱਖ ਮੁਸਲਮਾਨ ਹਿੰਦੂ ਜਿਨ੍ਹਾਂ ਨੂੰ ਥੋੜੀ ਅਕਲ ਹੈਗੀ ਹੈ ਉਹਨਾਂ ਨੂੰ ਬਾਈਡਨ ਗਵਰਨਮੈਂਟ ਤੇ ਵੀ ਸਮਝਾ ਕੇ ਦਬਾਅ ਪਾਉਣਾ ਚਾਹੀਦਾ ਥੋੜਾ ਬਹੁਤਾ ਕਿ ਵੀ ਇਹ ਗੱਲ ਇਦਾਂ ਨਹੀਂ ਹੈਗੀ ਇਟਸ ਵੈਰੀ ਡਿਫਰੈਂਟ এনवायरमेंट ਐਂਡ ਯੂ ਹੈਵ ਟੂ ਪੁੱਟ ਮੋਰ ਪ੍ਰੈਸ਼ਰ ਤਾਂ ਕਿ ਉੱਥੇ ਲੋਕਾਂ ਨੂੰ ਸਾਹ ਲੈਣ ਜੋਗੇ ਰੋਟੀ ਖਾਣ ਜੋਗੇ ਹੋ ਜਾਣ ਚਲੋ ਜੀ ਮੈਂ ਫਾਈਨਲ ਵਰਡ ਡਾਕਟਰ ਸਾਹਿਬ ਤੁਹਾਡੇ ਕੋਲੋਂ ਲਾਂਗਾ ਕਿ ਤੁਸੀਂ ਜਰਾ ਦੱਸੋ ਕਿ ਓਵਰঅল ਸਿਚੁਏਸ਼ਨ ਦੇ ਵਿੱਚ ਹੁਣ ਤੁਸੀਂ ਕੀ ਦੇਖਦੇ ਹੋ ਕੋਈ ਐਨੀ ਐਨੀ ਗਲਿਮਰ ਆਫ ਹੋਪ ਦੇ ਕੋਈ ਸਦਾਈ ਆਸ ਬੰਦ ਰਹਿਣਾ ਚਾਹੀਦਾ ਹੈ ਹਿਤਾ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਵੀ ਕਿਉਂਕਿ ਕਮਾਂਡ ਪਰਮਾਤਮਾ ਦੇ ਹੱਥ ਵਿੱਚ ਹੈ ਹੈਨਾ ਬਿਲਕੁਲ ਬਿਲਕੁਲ ਕੋਈ ਬੰਦਾ ਕੁਝ ਨਹੀਂ ਕਰ ਸਕਦਾ ਦੇਖੋ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤਤੀ ਤਵੀ ਤੇ ਉਹਨਾਂ ਨੂੰ ਬਿਠਾ ਕੇ ਉਦੋਂ ਵੀ ਉਹ ਕਹਿੰਦੇ ਆ ਵੀ ਤੇਰਾ ਕੀ ਆ ਮੀਠਾ ਲਾਗੇ ਇਹ ਇਹ ਬੜੀ ਵੱਡੀ ਚੀਜ਼ ਹੈ ਜਿਹੜੀ ਸਾਨੂੰ ਵਿਰਸੇ ਚ ਮਿਲੀ ਆ ਆ ਦੇਖੋ ਇੱਕ ਰਾਜਸਥਾਨ ਦੇ ਵਿੱਚੋਂ ਇੱਕ ਕਿਸਾਨ ਪਰਿਵਾਰ ਦਾ ਉਦਾ ਪੋਤਰਾ ਸ਼ੀਤ ਹੋ ਗਿਆ ਉਹਨਾਂ ਨਾਲ ਗੱਲ ਹੁੰਦੀ ਹੈ ਤੇ ਮੈਂ ਕਿ ਰੋਂਗ ਤੇ ਖੜੇ ਹੋ ਜਾਂਦੇ ਆ ਉਹਨੂੰ ਪੁੱਛਿਆ ਵੀ ਕਿਵੇਂ ਆ ਕਹਿੰਦਾ ਜੀ ਮੈਂ ਬਚਪਨ ਤੋਂ ਮੋਰਚਿਆਂ 'ਚ ਜਾਂਦਾ ਰਿਹਾ ਅੱਜ ਤੱਕ ਮੇਰੇ ਘਰੇ ਕਦੀ ਸ਼ਹਾਦਤ ਨਹੀਂ ਸੀ ਹੋਈ ਤੇ ਮੈਂ ਲੋਕਾਂ ਦੀਆਂ ਸ਼ਹੀਦੀਆਂ ਦੇ ਭੋਗ ਤੇ ਜਾਂਦਾ ਸੀ ਤੇ ਮੈਨੂੰ ਹੁੰਦਾ ਸੀ ਮੇਰੇ ਮੈਂ ਮੇਰਾ ਪਰਿਵਾਰ ਕਿਉਂ ਨਾ ਕਰਵਾਨ ਹੋ ਸਕਿਆ ਉਹ ਇੰਨਾ ਗੱਦਗਾ ਕਹਿੰਦਾ ਇਸ ਮੋਰਚੇ ਮੇਰਾ ਪੋਤਰਾ ਸ਼ਹੀਦ ਹੋ ਗਿਆ ਨਾ ਮੈਨੂੰ ਲੱਗਿਆ ਮੇਰਾ ਮੇਰਾ ਮੇਰੀ ਕੋਲ ਮਤਲਬ ਕਿ ਉਹਦੀ ਦੁਨੀਆ ਤੇ ਆਉਣਾ ਸਫਲਾ ਹੋ ਗਿਆ ਥਿਸ ਇਜ਼ ਦਾ ਲੈਵਲ ਆਫ ਸਪਿਰਟ ਇਨ ਪੀਪਲ ਤੇ ਜਿੱਥੇ ਇਹੋ ਜਿਹੇ ਲੋਕ ਹੋਣ ਨਾ ਉਹਨਾਂ ਦੀ ਕਦੀ ਪਿੱਠ ਨਹੀਂ ਲੱਗਦੀ ਹੁੰਦੀ ਉਹ ਸਰਕਾਰਾਂ ਦੀ ਉਹ ਪਿੱਠ ਲੱਗਦੀ ਹੁੰਦੀ ਆ ਅੱਜ ਔਰੰਗਜੀਬ ਕਿਤੇ ਨਹੀਂ ਹੈ ਹਿਟਲਰ ਕਿਤੇ ਨਹੀਂ ਹੈ ਇਹ ਜਿਹੜੇ ਨਾਦਰ ਸ਼ਾਹੀ ਹੈ ਨਾ ਇਹਦਾ ਇਹਦਾ ਅੰਤ ਹੋਣਾ ਹੁੰਦਾ ਕਮਾਂਡ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ ਤੇ ਕੂੜ ਨਖੂਟੇ ਨਾਨਕਾ ਔੜਕ ਸੱਚ ਰਹੀਏ ਅਟਲ ਸਚਾਈ ਹੈ ਇਹ ਕੂੜ ਨੇ ਖਤਮ ਹੋਣਾ ਹੀ ਹੋਣਾ ਹੈ ਹੁਣ ਇਹ ਕਿੰਨਾ ਸਮਾਂ ਹੋਰ ਲੈਂਦੀ ਹੈ ਇਹਨੂੰ ਵੀ ਉਹ ਅੱਲਾਹ ਤਾਲਾ ਨੇ ਆਪ ਹੀ ਨiyet ਕਰਨਾ ਵੀ ਉਹਦੇ ਆਪਣੀਆਂ ਮਾਈਂਡ ਦੀਆਂ ਪਲੈਨਿੰਗ ਸਕੀਲ ਨੇ ਬਟ ਸਾਨੂੰ ਆਪਣੇ ਵੱਲੋਂ ਸ਼ੁੱਧ ਮਨ ਨਾਲ ਇੰਡੀਆ ਲਈ ਵਫਾਦਾਰ ਹੋ ਕੇ ਪਰਜਾ ਲਈ ਵਫਾਦਾਰ ਹੋ ਕੇ ਭਾਰਤ ਦੇਸ਼ ਦੇ ਵਿਕਾਸ ਲਈ ਸਾਨੂੰ ਇਕਜੁੱਟ ਹੋ ਕੇ ਸਾਰਿਆਂ ਨੂੰ ਲੱਗ ਜਾਣਾ ਚਾਹੀਦਾ ਤੇ ਉਹ ਸਮਾਂ ਜ਼ਰੂਰ ਆਵੇਗਾ ਜਦੋਂ ਅਸੀਂ ਆਪਣੀ ਇੰਡੀਆ ਨੂੰ ਖੁਸ਼ਹਾਲ ਕਰ ਸਕਾਂਗੇ ਬਿਲਕੁਲ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਔਰ ਖਾਸ ਹੋਰ ਦਿੱਤੇ ਸਾਡੇ ਜਿਹੜਾ ਪੈਨਲ ਹੈ ਕਿਉਂਕਿ ਡਿਫਰੈਂਟ ਟਾਈਮ ਜ਼ੋਨਸ ਦੇ ਵਿੱਚੋਂ ਅਸੀਂ ਗੱਲ ਕਰ ਰਹੇ ਹਾਂ ਇਸ ਵਾਸਤੇ ਮੈਂ ਸਭ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ ਔਰ ਖਾਸ ਹੋਤੇ ਮੈਂ ਗੱਲ ਜਾਣ ਤੋਂ ਕਰਾਂਗਾ ਕਿ ਵਨ ਆਫ ਦੀ ਅਮਰੀਕਾਸ ਫਾਊਂਡਿੰਗ ਫਾਦਰ ਜਿਹੜਾ ਸੀ ਬੈਂਜਨ ਬੈਂਜਾਮਿਨ ਫ੍ਰੈਂਕਲਿਨ ਸੀ ਉਨੇ ਕਹ ਸੀ ਪ੍ਰਾਈਸ ਆਫ ਲਿਬਰਟੀ ਇਜ਼ ਇਟਰਨਲ ਵਿਜੀਲੈਂਸ ਮੈਂ ਸਮਝਣਾ ਵਾਂ ਕਿ ਤੁਹਾਨੂੰ ਸਾਰਿਆਂ ਨੂੰ ਜਿਹੜੀ ਇਟਰਨਲ ਵਿਜੀਲੈਂਸ ਨਾ ਉਹ ਕਰਦੇ ਰਹਿਣਾ ਚਾਹੀਦਾ ਜਾਂ ਦੂਸਰੇ ਲਫਜ਼ਾਂ ਵਿੱਚ ਪ੍ਰੈਜ਼ੀਡੈਂਟ ਡ੍ਰੈਗਨ ਨੇ ਕਿਹਾ ਸੀ ਟਰਸਟ ਬਟ ਵੈਰੀਫਾਈ ਤੁਸੀਂ ਇਹਨਾਂ ਨਾਲ ਦਿਸਰਾਂ ਦੀ ਗੱਲ ਕਰੋ ਇਹਨਾਂ ਨੂੰ ਟਰਸਟ ਕਰੋ ਲੇਕਿਨ ਇਹਨਾਂ ਨੂੰ ਵੈਰੀਫਾਈ ਜ਼ਰੂਰ ਕਰਦੇ ਰਹੋ ਆਦਰਵਾਇਜ਼ ਮੈਨੂੰ ਤਾਂ ਡਰ ਲੱਗਦਾ ਕਿ ਕਿ ਕਰਿਆ ਨਾਏ ਕਿ ਤੁਸੀਂ ਲੂਜ਼ਰ ਵਿੱਚ ਆ ਜਾਓ ਕਿਉਂਕਿ ਜਿਹੜੀ ਕਮਿਊਨਿਟੀ ਨਾਲ ਤੁਸੀਂ ਡੀਲ ਕਰ ਰਹੇ ਹੋ ਇਹਨਾਂ ਨੇ ਅੱਗੇ ਵੀ ਤੁਹਾਡੇ ਨਾਲ ਕੋਈ ਅੱਛਾ ਨਹੀਂ ਕੀਤਾ और जिस तरह होन कर रहे हैं बहुत ही खतरनाक है और अगर जिस तरह कृपाल भाजी ने कहा कि क्या अवसर हो सकता है तो सिनेरियो वो सनैरियो जरा मैं तो विजुलाइज भी नहीं करना चाहता अगर वेगा तो बहुत ही खतरनाक होएगा तो बहुत, बहुत बहुत शुक्रिया बहुत बहुत शुक्रिया डॉक्टर वरिंद्रपाल जी थोड़ा तो भी जी खास तौर पर लुधियाने तू जॉइन किया और कृपाल किरपाल तुम वैसट कोस्ट तो और ईस्ट कोस्ट वाले हो तुम्हू भी जी बहुत बहुत शुक्रिया जल्दी जल्दी रेगा जी फिर मुलाकात होएगी बहुत शुक्रिया थैंक यू